ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਨਿਤਿਕਾ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈੱਡਲਾਈਨਸ 'ਤੇ। ਪ੍ਰੇਮ ਸੰਬੰਧਾਂ ਵਿੱਚ ਰੋੜਾ ਬਣੇ ਪਤੀ ਨੂੰ ਆਪਣੇ ਆਸ਼ਕ ਨਾਲ ਮਿਲ ਕੇ ਪਤਨੀ ਵੱਲੋਂ ਉਤਾਰਿਆ ਗਿਆ ਮੌਤ ਦੇ ਘਾਟ। ਪਤਨੀ ਦੀ ਉਸਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਪਠਾਨਕੋਟ ਵਿੱਚ ਹੋਈ ਪਾਣੀ ਦੀ ਸਮੱਸਿਆ ਸ਼ੁਰੂ। ਟਿਊਬਵੈੱਲ ਖਰਾਬ ਹੋਣ ਕਾਰਨ ਲੋਕ ਹੋਏ ਪਰੇਸ਼ਾਨ। ਕਰਜ਼ੇ ਤੋਂ ਤੰਗ ਆ ਕੇ ਹੁਸ਼ਿਆਰਪੁਰ ਦੇ ਕਿਸਾਨ ਵੱਲੋਂ ਕੀਤੀ ਗਈ ਆਤਮ ਹੱਤਿਆ। ਮ੍ਰਿਤਕ ਦੇ ਪਰਿਵਾਰ ਦੀ ਹਾਲਤ ਤਰਸਿਓ। ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੇ ਡੀਸੀ ਦਫ਼ਤਰ ਤੇ ਬਾਹਰ ਬੋਲਿਆ ਧਾਵਾ। ਕਿਹਾ ਸਰਕਾਰ ਜਾਂ ਤਾਂ ਮਸਲੇ ਦੇ ਹੱਲ ਕਰੇ ਜਾਂ ਜੇਲ੍ਹ ਜਾਣ ਵਾਲੇ ਯੋਧਿਆਂ ਨੂੰ ਕਰੇ ਗ੍ਰਿਫ਼ਤਾਰ। ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਗਈ ਨੌਜਵਾਨ ਵੱਲੋਂ ਖੁਦਕੁਸ਼ੀ। ਖਨੌਰੀ ਨੇੜੇ ਨਹਿਰ ਵਿੱਚ ਮਿਲੀ ਲਾਸ਼। ਪੰਚਾਇਤੀ ਚੋਣਾਵਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਡ ਵਾਲਿਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ। ਕੱਲ ਪਰਮਜੀਤ ਦੇ ਬਿਆਨ ਲੈ ਕੇ ਪੁਲਿਸ ਵੱਲੋਂ ਕੀਤੀ ਗਈ ਅਗਲੀ ਕਾਰਵਾਈ ਸ਼ੁਰੂ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਸਕੈਨਿੰਗ ਸੈਂਟਰ ਵਿੱਚ ਲਿੰਗ ਜਾਂਚ ਕਰਦਾ ਡਾਕਟਰ ਰੰਗੇ ਹੱਥੀ ਕੀਤਾ ਗਿਆ ਗ੍ਰਿਫ਼ਤਾਰ। ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਅਬਹੌਰ ਦੇ ਪ੍ਰਵੀਨ ਕੁਮਾਰ ਵੱਲੋਂ ਫਾਈਨੈਂਸਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ। ਪੁਲਿਸ ਮੁਲਾਜ਼ਮ ਉਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ। ਡਿਊਟੀ ਦੌਰਾਨ ਪਾਇਆ ਗਿਆ ਪੁਲਿਸ ਕਾਂਸਟੇਬਲ ਸ਼ਰਾਬ ਵਿੱਚ ਢੱਲੀ। ਲੋਕ ਸਭਾ ਮੱਦੇਨਜ਼ਰ ਫਤਿਹਗੜ੍ਹ ਪੁਲਿਸ ਵੱਲੋਂ ਕੀਤੀ ਗਈ ਚੈਕਿੰਗ। ਕਿਹਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ। ਜ਼ਿਲ੍ਹਾ ਸੰਗਰੂਰ ਪੁਲਿਸ ਨੇ ਵਾਹਨ ਚੋਰੀ ਤੇ ਪੈਟਰੋਲ ਪੰਪ ਦੀ ਲੁੱਟ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ। ਚੋਰੀ ਦੀ ਇੱਕ ਮੋਟਰਸਾਈਕਲ ਤੇ ਤੇਜ਼ ਧਾਰ ਹਥਿਆਰ ਕੀਤੇ ਬਰਾਮਦ। ਦੋ ਕਿਲੋ ਫੀਮ ਸਮੇਤ ਦੋਸ਼ੀ ਗ੍ਰਿਫ਼ਤਾਰ। ਦੋਸ਼ੀ ਖਿਲਾਫ਼ 18-61 NDPS ਧਾਰਾ ਤਹਿਤ ਮੁਕੱਦਮਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਹੁਣ ਖਬਰਾਂ ਵਿਸਤਾਰ ਨਾਲ। ਪ੍ਰੇਮੀ ਸੰਬੰਧਾਂ ਵਿੱਚ ਰੋੜਾ ਬਣੇ ਪਤੀ ਨੂੰ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਉਤਾਰਿਆ ਮੌਤ ਦੇ ਘਾਟ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਗਈ ਹੈ। ਫਾਜ਼ਿਲਕਾ ਦੇ ਪਿੰਡ ਹਸਤਾ ਕਲਾ ਵਿੱਚ ਇੱਕ ਪਤਨੀ ਵੱਲੋਂ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇਸ ਘਟਨਾ ਦੇ ਬਾਅਦ ਫਾਜ਼ਿਲਕਾ ਥਾਣਾ ਸਦਰ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਾਜ਼ਿਲਕਾ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਛਿੰਦਰਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਛਿੰਦਰਪਾਲ ਦੀ ਪਤਨੀ ਕੁਲਬੀਰੋ ਬਾਈ ਦੇ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਇਹਨਾਂ ਦਾ ਕਈ ਵਾਰ ਲੜਾਈ ਝਗੜਾ ਹੋ ਚੁੱਕਿਆ ਤੇ ਉਹ ਇਸ ਨੂੰ ਲੈ ਕੇ ਕਈ ਵਾਰ ਆਪਣੀ ਪਤਨੀ ਨੂੰ ਰੋਕਦਾ ਸੀ, ਪਰ ਬੀਤੀ ਰਾਤ ਨੂੰ ਮ੍ਰਿਤਕ ਛਿੰਦਰਪਾਲ ਸਿੰਘ ਦੀ ਪਤਨੀ ਕੁਲਬੀਰ ਬਾਈ ਨੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਆਪਣੇ ਪ੍ਰੇਮੀ ਗੁਰਜੰਟ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਇਸ ਘਟਨਾ ਦੀ ਜਾਂਚ ਕਰ ਰਹੇ ਫਾਜ਼ਿਲਕਾ ਥਾਣਾ ਸਦਰ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ ਸੂਚਨਾ ਮਿਲੀ ਕਿ ਪਿੰਡ ਹਸਤਾ ਕਲਾਂ ਵਿਖੇ ਕਿਸੇ ਦਾ ਕਤਲ ਕਰ ਦਿੱਤਾ ਗਿਆ, ਜਿਸ 'ਤੇ ਉਹਨਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ। ਉਹਨਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਛਿੰਦਰਪਾਲ ਸਿੰਘ ਦੀ ਪਤਨੀ ਕੁਲਬੀਰੋ ਬਾਈ ਆਪਣੇ ਪਿੰਡ ਦੇ ਗੁਰਜੰਟ ਸਿੰਘ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਨਜਾਇਜ਼ ਸੰਬੰਧ ਵਿੱਚ ਸੀ, ਜਿਸ ਨੂੰ ਲੈ ਕੇ ਉਸਦਾ ਪਰਿਵਾਰ ਵਾਲੇ ਉਸਨੂੰ ਅਕਸਰ ਰੋਕਦੇ ਸੀ ਅਤੇ ਬੀਤੀ ਰਾਤ ਕੁਲਬੀਰੋ ਵੱਲੋਂ ਉਸਦੇ ਪ੍ਰੇਮੀ ਨੂੰ ਮਾਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਉਸਦੇ ਸਰੀਰ ਉੱਤੇ ਕੁਝ ਚੋਟਾਂ ਦੇ ਨਿਸ਼ਾਨ ਵੀ ਪਾਏ ਗਏ ਅਤੇ ਦੱਸਿਆ ਗਿਆ ਕਿ ਮ੍ਰਿਤਕ ਛਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ ਉਸਦੇ ਪ੍ਰੇਮੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਜਾਂਚ ਵਿੱਚ ਵੀ ਜੋ ਵੀ ਸਾਹਮਣੇ ਆਇਆ ਉਸਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਕੋਈ ਪਤਾ ਕੋਈ ਮੌਤ ਹੋ ਗਈ, ਇਹ ਮੇਰੀ ਕੁੜੀ ਸੀ,
ਹਾਂਜੀ ਮੇਰੀ ਕੁੜੀ ਏ ਪੁੱਤਰ ਮੇਰਾ ਅੱਛਾ ਪੁੱਤਰ ਰਹਿੰਦਾ ਹੈ ਮੇਰੀ ਫਰੈਂਡ ਮਤਲਬ ਹਾਂ ਜੋ ਆਈ ਸਾਡਾ ਗੱਲ ਕੀ ਹੋਈ ਹੈ ਕਿਵੇਂ ਮੌਤ ਸਾਨੂੰ ਕੋਈ ਪਤਾ ਕੋਈ ਨਹੀਂ ਵੀ ਤਾਂ ਆਏ ਤਾਂ ਦੀ ਆ ਜੋ ਮਰੇ ਦੱਸਣਿਆ ਕਿ ਮੌਤ ਮੌਤ ਹੋ ਗਈ ਤੁਹਾਨੂੰ ਸੁਣਿਆ ਕਿ ਨਹੀਂ ਤੂੰ ਕਹਿੰਦੇ ਜੁ ਗਏ ਨੇ ਤੁਹਾਡੀ ਅੱਛਾ ਪਤਾ ਲੱਗ ਕੋਈ ਪਤਾ ਕੋਈ ਪਤਾ ਲੱਗਿਆ ਕਿਵੇਂ ਹੋਈ ਮੌਤ ਹੈ ਪਤਾ ਲੱਗਿਆ ਰਾਤੀ ਜੀ ਕੋਈ ਨਹੀਂ ਪਤਾ ਸਾਨੂੰ ਲੱਗਾ ਲੋ ਵੱਲੇ ਅਸੀਂ ਵੇਖਾਂ ਅੱਛਾ ਪਹਿਲਾਂ ਵੇਖਾਂ ਨੇ ਵੱਲੇ ਡਰ ਮੋਦ ਰੋਲਾ ਰੱਪਾ ਤਾਂ ਨਾ ਰਹਿੰਦਾ ਆਇਆ ਅੱਛਾ ਤਗਾਂ ਬਸ ਤਾਂ ਸਾਨੂੰ ਪਤਾ ਅਸੀਂ 2 ਕਿਲੋਮੀਟਰ ਪਰ ਆ ਰਹੇ ਨੇ ਇਹਦੇ ਨਹੀਂ ਜਿਵੇਂ ਕਹਿ ਰਹੇ ਨੇ ਵੀ ਨਜਾਇਜ਼ ਸਬੰਧਾਂ ਨੂੰ ਲੈ ਕੇ ਮੌਤ ਹੋਈ ਹੈ ਵੀ ਤੁਹਾਡੀ ਹਾਂਜੀ 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 ਸੁਣਨ ਪਤਾ ਜੀ ਉਹ ਇਹ ਸੁਣਨੇ ਨੂੰ ਲਗਾ ਹੋਇਆ ਸੀ ਕਲੇ ਕੋਲ ਹੈ ਇਹਦੇ ਐਵੇਂ ਤਾਂ ਬੰਦੇ ਨੂੰ ਮੌਤ ਹੋ ਹੀ ਨਹੀਂ ਸਕਦੀ ਇੱਕ ਜਣ ਮਾਰ ਹੀ ਨਹੀਂ ਸਕਦਾ ਹੁੱਟਾ ਮਾਰਾ ਨੇ ਹੁੱਟਾ ਨੇ ਤੇ ਕੰਨੀ ਹੁੱਟੀ ਹੋਈ ਪਤਾਲੂ ਹੁੱਟੇ ਹੋਏ ਨੇ ਤੁਹਾਡਾ ਕੀ ਨਾਂ ਹੈਗਾ ਜੀ ਯਾਦਗਰ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਨਵਾਂ ਆਸਤਾ ਕੀ ਨਾਂ ਸੀਗਾ ਤੁਹਾਡੇ ਜਵਾਈ ਦਾ ਸਿੰਦਰਪਾਲ ਅਤੇ ਲੜਕੀ ਤੁਹਾਡੀ ਦਾ ਕੀ ਨਾਂ ਵੀਰੋ ਭਾਈ ਅਤੇ ਮੈਰਿਜ ਹੋਈ ਨੂੰ ਕਿੰਨੀ ਦੇਰ ਹੋ ਗਈ ਇਹਨਾਂ ਦਾ ਵਿਆਹ ਹੋਇਆ ਇਹ ਹੋ ਗਏ ਨੂੰ 18-19 ਸਾਲ ਹੋ ਗਏ 18-19 ਸਾਲ ਬੱਚੇ ਕਿੰਨੇ ਸੀ ਬੱਚਾ ਕੋਈ ਨਹੀਂ ਹੈਗੇ ਕੀ ਕੰਮ ਕਰਦਾ ਸੀ ਤੁਹਾਡਾ ਜਵਾਈ ਦਿਹਾੜੀ ਦੱਪਾ ਕਰਦਾ ਹੈ ਠੀਕ ਹੈ ਦਿਹਾੜੀ ਦੱਪਾ ਆਉਂਦਾ ਹੈ ਬਸ ਘਰੇ ਜਾਂਦਾ ਥੋੜ੍ਹੀ ਮੰਗਣੀ ਲਈ ਹੋਈ ਨੇ ਮੇਰੇ ਵੱਡੀ ਸ਼ੋਹਰ ਦੀ ਧੀ ਲਈ ਹੋਈ ਨੇ ਸਿੰਦਰਪਾਲ ਇਹਨਾਂ ਦੀ ਜਨਾਨੀ ਵੀਰੋ ਬਾਈ ਇਹਦੇ ਕੁਝ ਸਮੇਂ ਤੋਂ ਪਹਿਲਾਂ ਨਜਾਇਜ਼ ਸੰਬੰਧ ਚੱਲ ਰਹੇ ਸੀ ਇਹਨਾਂ ਕੱਲ੍ਹ ਦੀ ਰਾਤ ਨੂੰ ਜਦ ਇਹ ਤਿਆਰੀ ਕਰਕੇ ਆਇਆ ਸਿੰਦਰਪਾਲ ਘਰ ਨੂੰ ਤਿਆਰੀ ਕਰਕੇ ਆਇਆ ਅਤੇ ਪਾਣੀ ਪੂਣੀ ਰੋਟੀ ਵਿੱਚ ਕੋਈ ਚੀਜ਼ ਮਿਲਾ ਕੇ ਇਹਨੂੰ ਦੇ ਦਿੱਤੀ ਨੇ ਇਹ ਰਾਤ ਨੂੰ ਸੌਂ ਗਿਆ ਜਿਹਦੇ ਨਾਲ ਇਹਦੇ ਨਜਾਇਜ਼ ਸੰਬੰਧ ਸੀ ਜੋ ਵੀ ਸੀ ਇਹਨਾਂ ਰਲ ਕੇ ਇਹਦਾ ਕਤਲ ਕਰ ਦਿੱਤਾ ਕਿਵੇਂ ਕੀਤਾ ਕਿਸ ਚੀਜ਼ ਨਾਲ ਕਤਲ ਇਹਦਾ ਕੋਈ ਗਲਾ ਕੁੱਟਿਆ ਹੋਇਆ ਸੀ ਅਤੇ ਪਤਾਲੂ ਪਤੂਲੂ ਨੱਪੇ ਹੋਏ ਸੀ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਰਾਤ ਨੂੰ 12 ਵਜੇ 12:30 ਵਜੇ ਦੇ ਕਰੀਬ ਹੋਈ ਪੁਲਿਸ ਵਾਲੀ ਬਿਆਨ ਬੁਣ ਲੈ ਰਹੀ ਹੈ ਕੰਪਲੇਂਟ ਦਾ ਹੁਣ ਬਾਅਦ 'ਚ ਪਤਾ ਲੱਗੇ ਮੰਗ ਅਸੀਂ ਕਰ ਰਹੇ ਵੀ ਉਹਨਾਂ ਮੁਲਜ਼ਮ ਹੈਗੇ ਨੇ ਉਹਨਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰਾ ਨਾਮ ਸੋਮਾ ਬਾਈ ਹੈ ਅਤੇ ਮੇਰਾ ਭਰਾ ਸੀ ਮੇਰਾ ਭਰਾ ਹੈ ਸਿੰਦਰਪਾਲ ਅੱਛਾ ਅਤੇ ਮੇਰੀ ਭਰਜਾਈ ਉਹਦੇ ਨਾਲ ਬਲਵੀਰੋ ਬਾਈ ਹੈ ਅਤੇ ਇਹ ਇਹਨੂੰ ਨਾ 2 ਬੰਦੇ ਸੱਦ ਕੇ ਅਤੇ ਇਹਨੇ ਮਰਾ ਦਿਹਾੜੀ ਕਰਕੇ ਗਿਆ ਸੀ ਦਿਹਾੜੀ ਕਰਕੇ ਇਹਨੇ ਪਾਣੀ ਦਿੱਤਾ ਪਾਣੀ ਦੇ ਕੇ ਉਹ ਗਿਆ ਪਿੰਡ ਵਿੱਚ ਗਿਆ ਉਹਨੇ ਛੇਪ ਕਰਾ ਕੇ ਆਉਂਦਾ ਮੈਂ ਡੇਰੇ ਜਾਣਾ ਡੇਰੇ ਉਹ ਛੇਪ ਕਰਾ ਕੇ ਆਇਆ ਰੋਟੀ ਪਾਣੀ ਖਾ ਕੇ ਸੌਂ ਗਿਆ ਸੌਂ ਕੇ ਅਤੇ ਉਹਨੇ ਜਦੋਂ ਉਹਨੇ ਨੀਂਦ ਆ ਗਈ ਨਾ ਉਹਨੇ ਆਪਦੇ 1000 ਬੇਲੀ ਮੰਗਾ ਕੇ ਅਤੇ ਉਹਦਾ ਕਤਲ ਕਰਾ ਦਿੱਤਾ ਕਿੰਨੇ ਮੰਗਵਾਏ 1000 ਬੇਲੀ ਉਹਦੇ ਘਰ ਵਾਲੇ ਨੇ ਮੇਰੀ ਭਰਜਾਈ ਨੇ ਬਲਵੀਰ ਕੌਰ ਨੇ ਉਹ ਕੌਣ ਆ ਬੰਦੇ ਪਤਾ ਕਿੰਨੇ ਬੰਦੇ ਨੇ ਜਾਂ ਕਿੰਨੇ ਮੰਗਵਾਏ ਆ ਬੰਦੇ ਹੁਣ ਕੀ ਪਤਾ ਇੱਕ ਆਏ ਇੱਕ 2 ਆਏ ਨੇ ਇੱਕ ਦਾ ਹਸਤਕਲਾਂ ਦਾ ਮਾਮਲਾ ਇਹ ਹੈ ਜੀ ਅੱਜ ਸਾਨੂੰ ਤਲਾਹ ਮਿਲੀ ਸੀਗੀ ਕਿ ਹਸਤਕਲਾ ਇੱਕ ਸਿੰਦਰ ਨਾਮ ਦਾ ਵਿਅਕਤੀ ਹੈ ਉਹਦੀ ਕਿਸੇ ਨੇ ਮੌਤ ਕਰ ਦਿੱਤੀ ਹੈ ਉਹ ਤੋਂ ਬਾਅਦ ਮੈਂ ਇਸਨੇ ਕੁਆਲਿਟੀ ਲੈ ਕੇ ਅਤੇ ਮੌਕੇ 'ਤੇ ਪਹੁੰਚਿਆ ਪਹੁੰਚ ਗਿਆ ਡੈੱਡ ਬੋਡੀ ਮੈਂ ਜਾ ਕੇ ਦੇਖੀ ਜਿਹੜਾ ਉਹਦੇ ਕੁਛ ਗਲ ਦੇ ਨਿਸ਼ਾਨ ਸੀ ਕੁਛ ਉਹਦੇ ਪੱਟਾਂ ਦੇ ਵਿੱਚ ਆਏ ਨਿਸ਼ਾਨ ਸੀਗੇ ਫੋਟੋਆਂ ਲੈ ਕੇ ਵਗੈਰਾ ਦੀ ਡੈੱਡ ਬੋਡੀ ਆ ਪੁਲਿਸ ਵਗੈਰਾ ਨੇ ਲੈ ਕੇ ਅਸੀਂ ਹਸਪਤਾਲ ਭੇਜਤੀ ਹੈ ਅਤੇ ਜਿਹੜੇ ਉਹਦੇ ਬਾਪ ਹੈ ਕਸ਼ਮੀਰ ਸਿੰਘ ਦੇ ਬੈਨਰ 'ਤੇ ਜਿਹੜੀ ਹੈਗੀ ਅਸੀਂ ਉੱਪਰ ਲੈ ਕੇ ਬਰਖਲਾਫ ਕਿ ਉਹਦੀ ਘਰ ਵਾਲੀ ਹੈਗੀ ਹੈ ਇੱਕ ਉਹਦਾ ਦੋਸਤ ਹੈ ਪੁਰਾਣਾ ਕਾਫੀ ਬਰਾਂਡਰਾ ਸਾਹਿਬ ਤੋਂ ਜਿਹਦਾ ਨਾਂ ਹੈਗਾ ਆਪਣੀ ਵੀਰੋ ਬਾਈ ਇੱਕ ਤਾਂ ਉਹਦੀ ਘਰ ਵਾਲੀ ਹੈਗੀ ਹੈ ਦੂਸਰਾ ਜਗ ਗੁਰਜੰਟ ਸਿੰਘ ਜੰਟੀ ਹੈ ਮੁਖਤਿਆਰ ਸਿੰਘ ਦਾ ਉਹ ਵੀ ਨਵੇਂ ਹਸਤੇ ਕੋਲ ਆਉਂਦਾ ਉਹ ਉਹਨਾਂ ਦੇ ਬਾਈ ਨੇ ਅਸੀਂ ਐਫਆਈਆਰ ਲੌਜ ਕਰਤੀ ਹੈ ਅਗਲੇ ਦੌਰਾਨ ਇਨਵੈਸਟੀਗੇਸ਼ਨ ਜੋ ਵੀ ਅਗਲੀ ਪਰ ਵੀ ਆਊਗੀ ਸਾਹਮਣੇ ਉਹਦੇ ਮਤਲਬ ਪਰ ਗਰਮੀਆਂ ਸ਼ੁਰੂ ਹੁੰਦੇ ਹੀ ਪਠਾਨਕੋਟ ਵਿੱਚ ਸ਼ੁਰੂ ਹੋਈ ਪਾਣੀ ਦੀ ਸਮੱਸਿਆ ਪਠਾਨਕੋਟ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਦੱਸ ਦਈਏ ਕਿ ਪਠਾਨਕੋਟ ਵਿੱਚ ਨਗਰ ਨਿਗਮ ਨੂੰ ਤਬਦੀਲ ਹੋਏ 4 ਤੋਂ ਵੀ ਵੱਧ ਸਾਲ ਹੋ ਚੁੱਕੇ ਨੇ ਅਤੇ ਜਿਸ ਕਾਰਨ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਣ ਦੀ ਵਜ੍ਹਾ ਕਾਰਨ ਉਹਨਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਜਿਸ ਦੀ ਇੱਕ ਹੋਰ ਤਾਜ਼ਾ ਮਿਸਾਲ ਰਾਮਪੁਰ ਵਿੱਚ ਵੇਖਣ ਨੂੰ ਮਿਲੀ ਹੈ ਜਿਸ ਦੇ ਪਿਛਲੇ 4 ਦਿਨਾਂ ਤੋਂ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਦੀ ਵਜ੍ਹਾ ਨਾਲ ਲੋਕ ਪਰੇਸ਼ਾਨ ਨੇ ਨਗਰ ਨਿਗਮ ਵੱਲੋਂ ਸਿਰਫ ਦਿਲਾਸਾ ਦਿੱਤਾ ਜਾ ਰਿਹਾ ਪਰ ਕੋਈ ਵੀ ਧਿਆਨ ਦੇਣ ਯੋਗ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕ ਮੰਦਰਾਂ ਤੋਂ ਪਾਣੀ ਲੈਣ ਲਈ ਮਜਬੂਰ ਰਹੇ ਦਿਨ ਹੋ ਗਿਆ ਗੰਦਾ ਪਾਣੀ ਪੀ ਪੀ ਸਾਡੇ ਬੱਚੇ ਬਿਮਾਰ ਹੋ ਗਏ ਰੋਜ਼ ਪੈਪ ਟੁੱਟ ਜਾਂਦੀ ਰੋਜ਼ ਮੋਟਰ ਖਰਾਬ ਹੋ ਜਾਂਦੀ ਹੈ
ਅੱਜ ਜੀ ਕੀ ਹੋਇਆ ਮੋਟਰ ਖਰਾਬ ਹੋ ਗਈ, ਅੱਜ ਕੀ ਹੋਇਆ ਅੱਠਾਂ ਦਿਨਾਂ ਮੋਟਰ ਖਰਾਬ ਹੁੰਦੀ ਆ, ਗਲੀਆਂ ਸਾਡੀਆਂ 'ਚ ਇਹਨਾਂ ਦਾ ਗੰਦ ਪਿਆ ਗਾ, ਬੱਚੇ ਸਾਡੇ ਬਿਮਾਰ ਹੋ ਜਾਂਦੇ ਆ, ਘਰ ਸਾਡੇ ਕੋਲ ਪ੍ਰਾਹੁਣਾ ਨਹੀਂ ਆਉਂਦਾ, ਵੀ ਤੁਹਾਡੀਆਂ ਗਲੀਆਂ ਪਿੰਡਾਂ ਨਾਲ ਨਿਕੰਮੀਆਂ ਨੇ, ਕੀ ਕਰੀਏ? ਅਤੇ ਆਹੀ ਭਰਾ ਇੰਨੇ ਤੰਗ ਵਾ ਨਾ ਪਾਣੀ ਕੋਲੋਂ ਅਤੇ ਇਸ ਮੋਟਰ ਕੋਲੋਂ, ਹੱਦ ਤੋਂ ਵੱਧ ਤੰਗ ਹੈ, ਗਰਮੀ ਦੀ ਮੌਸਮ ਹੈ, ਬੱਚੇ ਸਾਡੇ ਬਿਮਾਰ ਹੋ ਗਏ ਆ, ਅਤੇ ਅਸੀਂ ਬੜੇ ਪਰੇਸ਼ਾਨ ਹਾਂ, ਸਾਡਾ ਕੋਈ ਹੱਲ ਕੀਤਾ ਜਾਏ। ਅੱਜ ਮੈਂ ਇਹ ਬਿਆਨ ਕਰਦਾ ਹਾਂ ਕਿ ਜਿਹੜਾ ਸਾਡੇ ਮੁਹੱਲੇ ਦੀ ਟਿਊਬਵੈੱਲ ਦੀ ਜਿਹੜੀ ਬੜੀ ਬਿਗ ਪ੍ਰੋਬਲਮ ਹੈ, ਔਰ ਪਿੱਛੇ ਜੀ ਕਾਫੀ ਚਿਰ ਪਹਿਲਾਂ ਪਤਾ ਲੱਗਾ ਕਿ 3-4 ਮੋਟਰਾਂ ਨਵੀਆਂ ਲੱਗ ਰਹੀਆਂ ਨੇ, ਉਹ ਜਿਹੜੀ ਸਾਡੀ ਹੈ ਵਾਰਡ ਨੰਬਰ 24 ਦੀ, ਜਿਹੜਾ ਸਾਡੇ ਮੁਹੱਲਾ ਰਾਮਪੁਰਾ ਦੇ ਵਿੱਚ ਜਿਹੜੀ ਟਿਊਬਵੈੱਲ ਲੱਗਿਆ ਗਿਆ ਹੈ, ਉਹ ਟਿਊਬਵੈੱਲ ਘੱਟ ਤੋਂ ਘੱਟ 40-50 ਸਾਲ ਪੁਰਾਣਾ, ਟੋਚਨ ਲਾ ਲਾ ਕੇ ਟੋਚਨ ਲਾ, ਜਿੱਦ ਤੱਕ ਮਰੀਜ਼ ਨੂੰ ਵਾਰ ਵਾਰ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਤਾਂ ਜੀ ਉਹਦਾ ਠੀਕ ਹੋਣ ਦਾ ਚਾਂਸ ਕੋਈ ਨਹੀਂ। ਇਸ ਕਰਕੇ ਲੱਗਦਾ ਮੈਨੂੰ ਇਹ ਸ਼ੱਕ ਪੈਂਦਾ ਕਿ ਉਹਨਾਂ ਨੇ ਜਿਹੜੀ ਮਸ਼ੀਨ ਜਿਹੜੀ ਉੱਥੇ ਆਈ, ਜਿਹੜੀ ਭਦਰੋਏ ਵਾਲੀ ਮਸ਼ੀਨ ਆਈ, ਕਿਤੇ ਲਾਪਤਾ ਕਰਤੀ ਹੈ ਜਾਂ ਇਹਨਾਂ ਨੇ ਵੇਚ ਦਿੱਤੀ ਹੈ, ਕਨਫਰਮ ਲੱਗਦਾ ਹੈ, ਕਿਉਂਕਿ ਹੁਣ ਅੱਗੇ ਗਰਮੀਆਂ ਦਿਨ ਆ ਗਏ ਨੇ, ਲੋਕਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੋਣੀ ਹੈ, ਦੇਸ਼ ਸੋਚਦਾ ਬੜੀ ਅਸੀਂ ਸ਼ਕਤੀ 'ਤੇ ਪੁੱਜ ਗਏ ਹਾਂ, ਲੇਕਿਨ ਬਟ ਨਹੀਂ, ਇਹਦੇ ਬਾਵਜੂਦ ਵੀ ਰਾਮ ਸਰੂਪ ਬਾਗੀ ਸਨ 81 'ਚ MLA ਬਣਿਆ, ਉਦੋਂ ਦਾ ਟਿਊਬਵੈੱਲ ਬਣਦਾ ਜੋ 40-50 ਸਾਲ ਹੋ ਗਏ ਨੇ। ਇਸ ਕਰਕੇ ਅਸੀਂ ਬੇਨਤੀ ਕਰਦੇ ਕਿ ਵਾਰ ਵਾਰ ਟੋਚਨ ਲਾਉਣ ਦੇ ਨਾਲ ਉਹ ਜਿਹੜੀ ਮਸ਼ੀਨ ਕਿਤੇ ਗਾਇਬ ਕਰਤੀ ਹੈ ਜਾਂ ਲੁਕਾ ਦਿੱਤੀ ਹੈ, ਉਹਨੂੰ ਫਟਾਫਟ ਲਗਾਇਆ ਜਾਏ, ਤਾਂ ਕਿ ਸਮਾਜ ਦਾ ਭਲਾ ਹੋ ਸਕੇ, ਲੋਕ ਟਾਈਮ ਸਿਰ ਡਿਊਟੀ 'ਤੇ ਜਾ ਸਕਣ, ਬੱਚੇ ਆਪਣੇ ਸਕੂਲਾਂ ਦੀ ਪੜ੍ਹਾਈ ਵਾਸਤੇ ਸਕੂਲ 'ਚ ਜਾ ਸਕਣ, ਕਿਸੇ ਦਾ ਟਾਈਮ ਵੇਸਟ ਨਾ ਆਏ। ਇੰਡੀਆ ਨੂੰ ਵੀ ਇੱਕ ਫਾਰਨ ਕੰਟਰੀ ਤਰ੍ਹਾਂ ਚੱਲਣਾ ਚਾਹੀਦਾ, ਜਿਹੜੇ ਬੰਦੇ ਕੰਮ ਨਹੀਂ ਕਰਨਾ ਚਾਹੁੰਦੇ ਉਹਨਾਂ ਨੌਕਰੀਆਂ ਤੋਂ ਕੱਢ ਦੇਣਾ ਚਾਹੀਦਾ ਹੈ। ਓਲਡ ਐਸਟੀਐਮ ਕੋਰਟ ਦੇ ਜਿਹੜਾ ਟਿਊਬਵੈੱਲ ਸੀ ਪਰਸੋਂ ਦਾ ਖਰਾਬ ਹੋ ਗਿਆ, ਉਹਦੀ ਮੋਟਰ ਨਿਕਾਲ ਲਈ ਹੈ, ਰਿਪੇਅਰ ਹੋ ਗਈ ਆ, ਅੱਜ ਸ਼ਾਮ ਤੱਕ ਚਾਲੂ ਕਰ ਦਿੱਤੀ ਜਾਏਗੀ। ਹਾਂ, ਉਸ ਏਰੀਏ 'ਚ ਨਵਾਂ ਟਿਊਬਵੈੱਲ ਲੱਗਾ, ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਹੈ, ਫਿਰ ਵੀ ਜਿੱਥੇ ਕਿਤੇ ਗਏ ਮੁਹੱਲੇ 'ਚ ਪਾਣੀ ਨਹੀਂ ਜਾਂਦਾ, ਉੱਥੇ ਪਾਣੀ ਦਾ ਟੈਂਕਰ ਭੇਜ ਦਿੱਤੇ ਗਏ ਨੇ। ਜਿਹੜਾ ਐਸਟੀਐਮ ਕੋਰਟ ਦੇ ਬੈਕਸਾਈਡ ਟਿਊਬਵੈੱਲ ਹੈ, ਉਹਦੀ ਲਾਈਫ ਹੁਣ ਪੂਰੀ ਹੋ ਚੁੱਕੀ ਆ, ਉਹਦੇ ਵਿੱਚ ਕੰਪਰੈਸ਼ਰ 'ਚ ਲਾ ਕੇ ਅਤੇ ਉਹਨੂੰ ਹੁਣ ਦੁਬਾਰਾ ਦੇਖਿਆ ਜਾਊਗਾ ਕਿ ਜੇ ਉਹ 'ਚ ਪਾਣੀ ਹੋਇਆ ਤਾਂ ਉਹਨੂੰ ਚਾਲੂ ਕੀਤਾ ਜਾਏਗਾ, ਅਦਰਵਾਈਜ਼ ਹੁਣ ਉੱਥੇ ਨਵਾਂ ਟਿਊਬਵੈੱਲ ਇੱਕ ਆ ਹੀ ਚੁੱਕਾ, ਉਹਦੇ ਨਾਲ ਉਸੇ ਕਾਰਨ ਟਿਊਬਵੈੱਲ ਨਵਾਂ ਲਗਾਇਆ ਗਿਆ ਕਿਉਂਕਿ ਉਹਦੀ ਲਾਈਫ ਹੁਣ ਪੂਰੀ ਹੋ ਰਹੀ ਹੈ। ਇੱਕ ਵਾਰ ਫਿਰ ਕਰਜ਼ ਦੇ ਬੋਝ ਵਿੱਚ ਦਵੇ ਕਿਸਾਨ ਦੁਆਰਾ ਆਤਮ ਹੱਤਿਆ ਕਰਨ ਦਾ ਰਸਤਾ ਅਪਣਾਇਆ ਗਿਆ। ਹੁਸ਼ਿਆਰਪੁਰ ਦੇ ਦਸੂਹਾ ਦੀਨ ਪਿੰਡ ਉਸ਼ਮਨ ਸ਼ਹੀਦ ਵਿੱਚ 43 ਸਾਲਾ ਕਿਸਾਨ ਸਨਪ੍ਰੀਤ ਸਿੰਘ ਦੁਆਰਾ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਗਈ, ਜਿਸ ਕਾਰਨ ਉਹ ਕਾਫੀ ਦਿਨ ਤੋਂ ਬਹੁਤ ਪਰੇਸ਼ਾਨ ਸੀ। ਕਿਸਾਨ ਦੇ ਸਿਰ ਤੇ ਪੰਜਾਬ ਨੈਸ਼ਨਲ ਬੈਂਕ ਦਾ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨਾਲ ਉਸਦੀ ਫਸਲ ਵੀ ਖਰਾਬ ਹੋਣ ਕਾਰਨ ਉਸ ਵੱਲੋਂ ਆਤਮ ਹੱਤਿਆ ਕੀਤੀ ਗਈ। ਇਸ ਸੰਬੰਧਿਤ ਮ੍ਰਿਤਕ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਿਰ ਤੇ ਕਰਜ਼ਾ ਹੋਣ ਦੇ ਕਾਰਨ ਉਸਨੇ ਮੌਤ ਨੂੰ ਗਲੇ ਲਗਾ ਲਿਆ। ਆਤਮ ਦੇ ਕਾਰਨ ਇਹ ਸੀ ਗੱਲ ਕਿ ਸਰਕਾਰ ਨੇ ਜਦੋਂ ਆਪਣੇ ਚੋਣ ਇਲੈਕਸ਼ਨ ਤੋਂ ਪਹਿਲਾਂ ਕਿਸਾਨ ਦੇ ਮੈਂ ਤਾਂ ਕਰਜ਼ੇ ਮਾਫ਼ ਕਰਾਂਗੇ, ਬੈਂਕ ਮਾਫ਼ ਨਹੀਂ ਕੀਤੇ ਨੇ ਕਰਜ਼ਾ ਹੋਣ ਕਰਕੇ, ਜਦ ਕਰਜ਼ਾ ਲੈਂਦੇ ਸੀ ਕੋਈ ਵੀ ਇਸ ਕਰਕੇ ਪਰੇਸ਼ਾਨੀ ਚੱਲਦੀ ਸੀ, ਸਰਕਾਰ ਨੇ ਫਰਜ਼ ਬਣਦਾ ਸੀ ਕਿ ਬਾਕੀ ਬੈਂਕਾਂ ਸਰਕਾਰ ਦੇ ਕਰਜ਼ੇ ਮਾਫ਼ ਕਰ ਦੇ, ਸਰਕਾਰ ਨੇ ਕੰਮ ਕੀਤੇ ਆਪਣੇ ਕੀਤੀ ਸਰਕਾਰ ਜਿਹੜੀ ਹੱਤਿਆ ਕੀਤੀ। ਸਭ ਤੋਂ ਵੱਡਾ ਕਾਰਨ 6 ਲੱਖ ਰੁਪਏ ਦਾ ਕਰਜ਼ਾ ਸੀ, ਕੀ ਮੰਨਦੇ ਹੋ ਕਿ ਇਹ ਉਹਦੇ ਲਈ ਬਹੁਤ ਵੱਡਾ ਕਰਜ਼ਾ ਸੀ ਜਿਸ ਨੂੰ ਲੈ ਕੇ ਉਹ ਪਰੇਸ਼ਾਨ ਸੀ? ਥੋੜ੍ਹੀ ਜ਼ਮੀਨ ਵਾਲੇ ਬੰਦੇ ਨੂੰ ਤਾਂ ਜਿਹੜਾ 6 ਲੱਖ ਕਰਜ਼ਾ ਬਹੁਤ ਜ਼ਿਆਦਾ ਹੈ, ਕਿਉਂਕਿ ਫਸਲਾਂ ਅੱਜ ਕੱਲ੍ਹ ਜਿਹੜੀਆਂ ਹੁਣ ਜਿਵੇਂ ਇਹਦੀ ਮੌਕਾ 'ਤੇ ਹੁਣ ਇਸ ਵੇਲੇ ਫਸਲ ਮਾਰੀ ਗਈ ਹੈ, ਅਤੇ ਉਹਨੇ ਕਿੱਥੋਂ ਕੋਈ ਕਿਸ਼ਤ ਦੇਣੀ ਸੀ ਜਾਂ ਕਿੱਥੋਂ ਉਹਨੇ ਕੰਮ ਕਰਨਾ ਸੀ, ਘਰ ਦੇ ਬੱਚਿਆਂ ਦਾ ਵੀ ਜਿਹੜਾ ਖਰਚਾ ਹੈ, ਬੱਚੇ ਗੁੱਡੀ ਉਹਦੀ 1+2 'ਚ ਪੜ੍ਹਦੀ ਹੈ, ਇਹ ਖਰਚੇ ਜਿਹੜੇ ਮਾੜਾ ਜ਼ਿਮੀਂਦਾਰ ਹੈ ਬੱਚਿਆਂ ਨੂੰ ਜਿਹੜਾ ਨਾ ਬਹੁਤ ਔਖਾ ਹੈ ਬੱਚਿਆਂ ਦੇ ਪੜ੍ਹਾਈਆਂ ਵਾਸਤੇ ਜਾਂ ਦੂਜੇ, ਅਤੇ ਇਸ ਕਰਕੇ ਉਹਨੇ ਉਹਦਾ ਗੋਲਡ ਲੋਨ ਵੀ ਹੈ ਸੀ ਜਿਹਦੇ ਵਿੱਚ ਉਹ ਇਸ ਕਰਕੇ ਜ਼ਿਆਦਾ ਹੀ ਪਰੇਸ਼ਾਨ ਰਹਿੰਦਾ ਸੀ ਕਿ ਲੈ ਬਈ ਦੂਜੇ ਮੇਰਾ ਕਰਜ਼ਾ ਨਹੀਂ ਕਿਤੇ ਮਾਫ਼ ਹੋਇਆ, ਅਤੇ ਇਸ ਕਰਕੇ ਉਹਨੇ ਜਿਹੜੀ ਆਤਮ ਹੱਤਿਆ ਕੀਤੀ। ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੁਆਰਾ DC ਦੇ ਦਫ਼ਤਰ 'ਤੇ ਬੋਲਿਆ ਗਿਆ ਤਾਵਾ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਪਹਿਲੇ ਦਿਨ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ, ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਪੰਜਾਬ ਵੱਲੋਂ ਕੈਪਟਨ ਦੇ ਮੋਦੀ ਸਰਕਾਰ ਦੇ ਵਿਰੁੱਧ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅੱਗੇ
51 ਸਿੰਘਾਂ ਦਾ ਜੱਥਾ ਗ੍ਰਿਫਤਾਰੀਆਂ ਲਈ ਪੇਸ਼ ਕੀਤਾ ਗਿਆ ਤੇ ਸਰਬਸੰਮਤੀ ਦੇ ਨਾਲ ਹੋਏ ਜ਼ੁਲਮਾਂ ਵੱਲੋਂ ਸੰਕਲਪ ਪਾਸ ਕਰਕੇ ਖੇਤੀ ਮੰਡੀ ਤੋੜ ਕੇ ਬਹੁਰਾਸ਼ਟਰੀ ਕੰਪਨੀਆਂ ਦੇ ਹਵਾਲੇ ਕਰਨ ਦੀ ਤਫਦੀਜ਼ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਜਲਸੇ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੈਪਟਨ ਸਰਕਾਰ 2017 ਦੀ ਵਿਧਾਨ ਸਭਾ ਦੇ ਮਤਦਾਨ ਵਿੱਚ ਲਿਖਤੀ ਵਾਅਦੇ ਕਰਕੇ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਕਿ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਨੂੰ ਅਦਾਲਤਾਂ ਵੱਲੋਂ ਵਾਰੰਟ ਗ੍ਰਿਫਤਾਰੀਆਂ ਦੇ ਹੁਕਮ ਪਾਸ ਕਰ ਦਿੱਤੇ ਗਏ ਨੇ ਤੇ ਪਿਛਲੇ 2 ਸਾਲਾਂ ਵਿੱਚ 950 ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਗਏ ਨੇ। ਇਸ ਮੌਕੇ ਮਜ਼ਦੂਰ ਸੰਘਰਸ਼ ਸਮਿਤੀ ਨੇ ਕੈਪਟਨ ਸਰਕਾਰ ਨੂੰ ਸਖ਼ਤ ਤਾੜਨਾ ਕਰਦੇ ਕਿਹਾ ਕਿ ਜਾਂ ਤਾਂ ਕੈਪਟਨ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰੇ ਜਾਂ ਫਿਰ ਜੇਲ੍ਹ ਜਾਣ ਵਾਲੇ ਯੋਧਿਆਂ ਨੂੰ ਗ੍ਰਿਫਤਾਰ ਕਰੇ। ਜਿਹੜਾ ਜੇਲ੍ਹਪੁਰੋਂ ਮੋਰਚਾ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਜਿਹ 'ਚ ਤਰਨ ਤਾਰਨ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਅਤੇ ਫਿਰੋਜ਼ਪੁਰ ਅੱਜ 11 ਕਿਸਾਨ ਮਜ਼ਦੂਰ ਜਿਹੜੇ ਆ ਉਹ ਧਰਨਿਆਂ 'ਚ ਆਏ ਆ ਅਤੇ 51 ਦਾ ਜਥਾ ਜਿਹੜਾ ਉਹ ਸਾਰੀਆਂ DC ਦਫ਼ਤਰਾਂ ਤੋਂ ਜਿਹੜਾ ਪੇਸ਼ ਕੀਤਾ ਜਾਊਗਾ ਫਿਰੋਜ਼ਪੁਰ ਤੋਂ ਵੀ ਤੁਹਾਡਾ ਜਥਾ ਵਾ ਉਹ ਪੇਸ਼ ਕੀਤਾ ਜਾਊਗਾ ਗ੍ਰਿਫਤਾਰੀ ਵਾਸਤੇ। ਉਹਦੇ 'ਚ ਸਾਡੀਆਂ ਜਿਹੜੀਆਂ ਮੰਗਾਂ ਉਹੀ ਆ ਕਿਉਂਕਿ ਸਰਕਾਰ ਮੁੱਕਰ ਚੁੱਕੀ ਆ, ਪੰਜਾਬ ਦੀ ਸਰਕਾਰ ਚੋਣ ਵਾਲੇ ਪੂਰੀ ਤਰ੍ਹਾਂ ਮੁੱਕਰੀ ਹੋਈ ਆ, ਕੇਂਦਰ ਦੀ ਸਰਕਾਰ ਵੀ ਮੁੱਕਰੀ ਹੋਈ ਆ। ਉਹਦੇ ਵਿੱਚ ਸਮੁੱਚਾ ਕਿਸਾਨਾਂ ਦਾ ਕਰਜ਼ਾ ਮਾਫ਼ ਜਿਹੜਾ ਵਾ ਉਹ ਚੋਣ ਵਾਦਾ ਸੀ, ਲਿਖਤੀ ਚੋਣ ਵਾਦਾ ਸੀ ਜਿਹਦੇ ਫਾਰਮ ਭਰੇ ਹੋਏ ਪਿੰਡਾਂ ਦੇ ਵਿੱਚ, ਉਹ 92,000 ਕਰੋੜ ਦਾ ਕਰਜ਼ਾ ਸਾਰੇ ਦਾ ਸਾਰਾ ਖਤਮ ਕੀਤਾ ਜਾਵੇ, ਕੁਰਕੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਬੰਦ ਕੀਤੀਆਂ ਜਾਣ, ਖਾਲੀ ਬਲੈਂਕ ਚੈੱਕ ਜਿਹੜੇ ਆ ਲਏ ਹੋਏ ਬੈਂਕਾਂ ਨੇ ਆੜਤੀਆਂ ਨੇ ਉਹ ਤੁਰੰਤ ਵਾਪਸ ਕੀਤੇ ਜਾਣ, ਜੋ ਪਿੱਛੇ ਨਾਲ ਸਾਡੇ ਨਾਲ ਸਮਝੌਤਾ ਵੀ ਕੀਤਾ ਲਿਖਤੀ ਵੀ ਦਿੱਤਾ ਵਾਪਸ ਕਰਨਗੇ, ਪਰ ਅਜੇ ਵੀ ਬੈਂਕਾਂ ਵਾਲੇ ਜਿਹੜੇ ਕਮਰਸ਼ੀਅਲ ਬੈਂਕ ਵਾਲੇ ਆ ਅਜੇ ਵੀ ਵਾਪਸ ਨਹੀਂ ਕਰ ਰਹੇ। ਕਿੰਨੀ ਦੇਰ ਚੱਲੇਗਾ? ਨੇੜਲੇ ਪਿੰਡ ਹਰਬੰਸਪੁਰਾ ਦੇ ਇੱਕ ਨੌਜਵਾਨ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਖਨੌਰੀ ਨੇੜੇ ਦੇ ਨਹਿਰ ਵਿੱਚੋਂ ਮਿਲੀ, ਜਿਸ ਦੀ ਪਛਾਣ ਜੰਗਾ 28 ਸਾਲਾ ਪੁੱਤਰ ਰਣਧੀਰ ਸਿੰਘ ਵਾਸੀ ਹਰਬੰਸਪੁਰਾ ਦੇ ਤੌਰ ਤੇ ਹੋਈ ਹੈ। ਇਸ ਮੌਕੇ ਤੇ ਥਾਣਾ ਸਰਹੰਦ ਮੁਖੀ ਇੰਸਪੈਕਟਰ ਰਜਨੀਸ਼ ਸੂਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜੱਗਾ ਸਿੰਘ 28 ਸਾਲਾ ਤੇ ਦਾਦਾ ਮਲਕੀਤ ਸਿੰਘ ਨੇ SI ਬੂਟਾ ਸਿੰਘ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਉਸਦੇ ਪੋਤੇ ਹਨ ਤੇ ਉਸਦੇ ਲੜਕੇ ਰਣਧੀਰ ਸਿੰਘ ਦੀ ਪਿਛਲੇ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਜੰਗਾ ਸਿੰਘ ਬਿਮਾਰੀ ਤੋਂ ਤੰਗ ਆ ਕੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਉਹਨਾਂ ਕਿਹਾ ਕਿ ਮ੍ਰਿਤਕ ਨੇ ਪਿਛਲੇ 21 ਮਾਰਚ ਨੂੰ ਬਿਮਾਰੀ ਤੋਂ ਤੰਗ ਆ ਕੇ ਫਲੋਟਿੰਗ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ, ਜਿਸਦੀ ਲਾਸ਼ ਬੀਤੇ ਦਿਨੀ ਖਨੌਰੀ ਨਹਿਰ ਤੋਂ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸਰ, ਜਿਹੜੇ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਨਹਿਰ ਛਾਲ ਮਾਰੀ ਹੈ, ਇਹ ਕਦੋਂ ਛਾਲ ਮਾਰੀ ਸੀ ਔਰ ਕਦੋਂ ਲਾਸ਼ ਮਿਲੀ ਇਹਦੀ? ਇਹਨਾਂ ਜੀ ਸਰ, ਜਿਹੜਾ ਇਹ ਮੁੰਡਾ ਜੱਗਾ ਸਿੰਘ ਹੈ, ਸਨ ਆਫ ਰਣਧੀਰ ਸਿੰਘ, ਉਮਰ ਗਰੀਬ ਇਹਦੀ 28 ਸਾਲ ਹੈ, ਬਟ ਇਹ ਥੋੜ੍ਹਾ ਬਿਮਾਰ ਰਹਿੰਦਾ ਸੀ। ਇਹਦੇ ਜਿਹੜੇ ਗ੍ਰੈਂਡਫਾਦਰ ਹੈ ਮਲਕੀਤ ਸਿੰਘ, ਉਹਨਾਂ ਨੇ ਸਾਨੂੰ ਦੱਸਿਆ ਕਿ ਰੱਬੜ ਲਿਖਾਈ ਸੀ ਸਾਡੇ ਕੋਲ ਵੀ ਮੇਰਾ ਜਿਹੜਾ ਪੋਤਾ ਹੈਗਾ 21-23 ਨੂੰ ਇਹ ਘਰੋਂ ਚਲਾ ਗਿਆ ਸੀ ਅਤੇ ਇਹਨੇ ਫਲੋਟਿੰਗ ਨਹਿਰ ਦੇ ਵਿੱਚ ਛਾਲ ਮਾਰਤੀ ਸੀ। ਕੁਛ ਇਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਔਰ ਇਹਦੀ ਜਿਹੜੀ ਡੈੱਡ ਬੋਡੀ ਹੈ ਉਹ ਕੱਲ੍ਹ ਸ਼ਾਮ ਖਨੌਰੀ ਤੋਂ ਮਿਲ ਗਈ ਹੈ, ਜੋ ਅਸੀਂ ਕਲੈਕਟ ਕਰਾ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰਖਵਾਤੀ ਸੀ ਅਤੇ ਅੱਜ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਾ। ਸਰ, ਇਹ ਕੋਈ ਇਹਦੇ ਜਿਵੇਂ ਕਿ ਪਰੇਸ਼ਾਨ ਇੱਕ ਕਰਜ਼ਾ ਕੁਰਜ਼ਾ ਜੀ ਸਾਹਿਬ ਵੈਸੀ ਮਾਨਸਿਕ? ਨਹੀਂ, ਕਰਜ਼ੇ ਵਾਲੀ ਇੱਦਾਂ ਦੀ ਕੋਈ ਗੱਲ ਨਹੀਂ, ਸਮਝ ਸਾਡੇ ਕੋਲ ਦੱਸੀ ਉਹਨਾਂ ਨੇ, ਇਹ ਬੰਦਾ ਮਾਨਸਿਕ ਤੌਰ ਦੇ ਉੱਤੇ ਥੋੜ੍ਹਾ ਸ਼ਰਾਬ ਸ਼ੁਰੂ ਦਾ ਵੀ ਪਤਾ ਲੱਗਿਆ ਸੀ, ਸੇਵ ਵਗੈਰਾ ਕਰ ਲੈਂਦਾ ਸੀ, ਬਟ ਕਰਜ਼ੇ ਵਾਲਾ ਇੱਦਾਂ ਦਾ ਕੋਈ ਸਾਡੇ ਸਾਹਮਣੇ ਨਹੀਂ ਥੱਥ ਹੈ। ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਦੇ ਨਾਲ ਵਾਲੀਆਂ ਇਨਵਰਟਰ ਬੈਟਰੀਆਂ ਦੀ ਦੁਕਾਨ ਕਰਨ ਵਾਲੇ ਜਤਿੰਦਰ ਪਾਲ ਤੇ ਉਹਨਾਂ ਦਾ ਬੇਟਾ ਪਰਮਜੀਤ ਸਿੰਘ ਆਪਣੀ ਦੁਕਾਨ ਬੰਦ ਕਰਕੇ ਪਿੰਡ ਲੱਖਣ ਕਲਾਂ ਗੱਡੀ ਵਿੱਚ ਜਾ ਰਹੇ ਸੀ, ਜਿਸ ਕਾਰਨ ਪੰਚਾਇਤੀ ਚੋਣਾਵਾਂ ਦੀ ਪੁਰਾਣੀ ਰੰਜਿਸ਼ ਚੱਲਦੇ ਕੁਝ ਹਮਲਾਵਰਾਂ ਵੱਲੋਂ ਉਹਨਾਂ ਦੀ ਗੱਡੀ ਨੂੰ ਤਕਰੀਬਨ 8:30 ਘੇਰਾ ਪਾ ਲਿਆ ਗਿਆ। ਪਰਮਜੀਤ ਵੱਲੋਂ ਮਾਮਲਾ ਸ਼ਾਂਤ ਕਰਨਾ ਚਾਹਿਆ ਪਰ ਹਮਲਾਵਰਾਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਪਰਮਜੀਤ ਤੇ ਉਸਦੇ ਪਿਤਾ ਦੋਨਾਂ ਦੀਆਂ ਗੱਡੀਆਂ ਨੂੰ ਤੋੜ ਫੋੜ ਵੀ ਕੀਤੀ ਗਈ ਤੇ ਉਹ ਫਰਾਰ ਹੋ ਗਏ, ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ ਤੇ ਪਰਮਜੀਤ ਸਿੰਘ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਥਾਣਾ ਸਦਰ ਪੁਲਿਸ ਵੱਲੋਂ ਪਰਮਜੀਤ ਸਿੰਘ ਦੇ ਬਿਆਨ ਲੈ ਕੇ ਉੱਚ ਅਧਿਕਾਰੀਆਂ ਦੇ ਦੋਸ਼ੀਆਂ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਿਹਤ ਵਿਭਾਗ ਨੂੰ ਮਿਲੀ ਸ਼ਿਕਾਇਤਾਂ ਦੇ ਆਧਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿੱਚ BBMB ਹਸਪਤਾਲ ਵਿੱਚ ਚੰਡੀਗੜ੍ਹ ਤੋਂ ਹਾਈ ਸਪੀਡ ਨੈਟਵਰਕ ਟੀਮ ਵੱਲੋਂ ਸੂਚਨਾ ਦੇ ਕੇ ਫਰਜ਼ੀ ਗ੍ਰਾਹਕ ਜ਼ਰੀਏ ਲਿੰਗ ਜਾਂਚ ਕਰਦੇ ਹੋਏ ਸਕੈਨਿੰਗ ਸੈਂਟਰ ਡਾਕਟਰ ਗੁਰਦੀਪ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਵਿਭਾਗ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਡਾਕਟਰ ਤਲਵਾੜਾ ਦੇ ਹਿਮਾਚਲ ਪ੍ਰਦੇਸ਼ ਦੇ ਲਾਣ ਲਗਾਏ ਇਲਾਕੇ ਵਿੱਚ ਲਿੰਗ ਜਾਂਚ ਕਰ ਗੈਰ ਕਾਨੂੰਨੀ ਕੰਮ ਕਰ ਰਿਹਾ, ਜਿਸ ਤੋਂ ਬਾਅਦ ਅੱਜ ਵਿਭਾਗ ਨੇ ਇੱਕ ਜਾਲੀ ਗ੍ਰਾਹਕ ਬਣਾ ਕੇ ਡਾਕਟਰ ਕੋਲ ਭੇਜਿਆ, ਜਿਸ ਤੋਂ ਬਾਅਦ 20,500 ਦਾ ਸੌਦਾ ਤੈਅ ਹੋਇਆ ਤੇ ਲਿੰਗ ਜਾਂਚ ਕਰਦੇ ਸਮੇਂ ਡਾਕਟਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਤਿੰਦਰਪਾਲ ਸਿੰਘ ਜੀ, ਵਾਕਿਆ ਇਹ ਸੀ ਜੀ, ਅਸੀਂ ਜਾ ਕੇ ਜਦੋਂ ਖੜੇ ਹੋਏ ਹਾਂ, ਮੈਂ ਖੜਾ ਹੋਇਆ, ਮੇਰੀ ਕਾਰ ਦੇ ਉਹ 4-5 ਬੰਦੇ ਆਲੇ ਦੁਆਲੇ ਆ ਕੇ ਮੈਨੂੰ ਪੈ ਗਏ, ਮੈਂ ਅੰਦਰੋਂ ਲੋਕ ਲਾ ਲਿਆ, ਲੋਕ ਲਾਉਣ ਤੋਂ ਬਾਅਦ ਉਹਨਾਂ ਨੇ ਮੇਰੀ ਕਾਰ ਤੋੜ ਦਿੱਤੀ। ਉਸ ਤੋਂ ਬਾਅਦ ਪਿੱਛੇ ਮੇਰਾ ਬੇਟਾ ਆਉਂਦਾ ਸੀਗਾ, ਬੇਟਾ ਜਦੋਂ ਮੇਰੇ ਕੋਲ ਪਹੁੰਚਿਆ ਉਹਨੇ ਦੇਖਿਆ ਵੀ ਆਹ ਗੱਲਬਾਤ ਹੋ ਰਹੀ ਆ,
ਵਾਸੀ ਲੱਖਣ ਗਲਾ ਪੱਤੀ ਖੁੱਜਰਪੁਰ। ਮੈਂ ਕੋਈ ਸ਼ਾਮੀ ਤਕਰੀਬਨ 8:30 ਦੇ ਟਾਈਮ ਦੇ ਦੌਰਾਨ ਮੈਂ ਤੇ ਮੇਰੇ ਪਿਤਾ ਜੀ ਕਪੂਰਥਲੇ ਸ਼ਹਿਰ ਤੋਂ ਸਾਡੇ ਪਿੰਡ ਵੱਲ ਲੱਖਣ ਗਲਾ ਵਾਲੇ ਦੀ ਰਵਾਨਾ ਹੋਏ ਜੀ, ਤੇ ਥੋੜਾ ਗੈਪ ਪੈਣ ਦੇ ਕਾਰਨ ਮੇਰੇ ਪਿਤਾ ਜੀ ਮੇਰੇ ਤੋਂ ਅੱਗੇ ਚਲੇ ਗਏ ਸੀ। ਸਾਡੇ ਪਿੰਡ ਦੀ ਬਾਹਰਲੀ ਫਿਰਨੀ ਤੇ ਪਿਤਾ ਜੀ ਦੀ ਗੱਡੀ ਰੁਕੀ ਹੋਈ ਸੀ। ਜਦੋਂ ਮੈਂ ਪਿੱਛੋਂ ਦੇਖਿਆ ਤੇ ਕੋਈ 6 ਜਣੇ, ਜਿਨ੍ਹਾਂ ਦੇ ਵਿੱਚ ਮੇਨ ਪਰਮਜੀਤ ਕੁਮਾਰ ਸੋਢੀ, ਗੁਰੂ ਉਹਨਾਂ ਦਾ ਉਹਦਾ ਮੁੰਡਾ ਗੁਰਵਿੰਦਰ ਸਤਨਾਮ ਤੇ ਹੋਰ 3-4 ਮੁੰਡੇ ਖੜੇ ਸੀਗੇ, ਜਿਨ੍ਹਾਂ ਦੇ ਹੱਥਾਂ 'ਚ 23 ਹਥਿਆਰ ਸੀਗੇ ਤੇ ਇਹ ਗੱਡੀ ਦੇ ਨਾਲ ਖਿੱਚਤੋਈ ਕਰ ਰਹੇ ਸੀਗੇ, ਮੇਰੇ ਪਿਤਾ ਜੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਜਦੋਂ ਮੈਂ ਪਿੱਛੋਂ ਦੇਖਿਆ ਤੇ ਮੈਂ ਗੱਡੀ ਤੇਜ਼ ਕਰਕੇ ਤੇ ਮੈਂ ਕ੍ਰੋਸ ਕਰਕੇ ਅੱਗੇ ਇੱਕਦਮ ਗੱਡੀ ਲਾ ਕੇ ਤੇ ਗੱਡੀ 'ਚੋਂ ਉਤਰਨ ਲੱਗਾ। ਉਨੀ ਦੇਰ ਨੂੰ ਪਿੱਛੋਂ 4-5 ਜਣੇ ਭੱਜ ਕੇ ਤੇ ਅੰਦਰ ਵੜ ਗਏ ਆਪਣੇ ਘਰ ਦੇ। 2 ਜਣਿਆਂ ਨੇ ਮੇਰੇ ਨਾਲ ਹੱਥਾਪਾਈ ਕੀਤੀ ਆ ਉੱਥੇ, ਤੇ ਜਦੋਂ 2 ਮਿੰਟ ਹੱਥਾਪਾਈ ਹੋਈ ਆ ਉਹਨਾਂ ਦੇ ਨਾਲ, ਉਹ 2 ਬੰਦੇ ਵੀ ਪਿੱਛੇ ਹਟਿਆ ਤੇ ਉੱਪਰੋਂ ਪੱਥਰ ਇੱਟਾਂ ਵੱਜਣੀਆਂ ਸ਼ੁਰੂ ਹੋ ਗਈਆਂ ਗੱਡੀਆਂ 'ਤੇ। ਮੈਂ ਆਪਣੇ ਪਿਤਾ ਜੀ ਦੀ ਸੇਫਟੀ ਕਰਤੇ ਅਤੇ ਸਾਈਡ 'ਤੇ ਕਰਨ ਲੱਗਾ ਅਤੇ ਉੱਪਰੋਂ ਇੱਕ ਇੱਟ ਵੱਜੀ ਹੈ, ਜਿਹਦੇ ਕਰਕੇ ਮੇਰੇ ਹੱਥ 'ਤੇ ਕਾਫੀ ਸੱਟ ਲੱਗੀ ਹੈ। ਅਤੇ ਉਹਨੂੰ ਮੈਂ ਆਪਣੇ ਪਿਤਾ ਜੀ ਨੂੰ ਲੈ ਕੇ ਸਾਈਡ 'ਤੇ ਚਲਾ ਗਿਆ। ਉਨੀ ਦੇਰ ਨੂੰ ਇਹਨਾਂ ਨੇ ਕਾਫੀ ਇੱਟਾਂ ਮਾਰ ਕੇ ਅਤੇ 2 ਗੱਡੀਆਂ ਸਾਡੀ, ਇੱਕ ਵੈਂਡੋ ਅਤੇ ਇੱਕ ਬਰੀਕ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਉਹਨਾਂ ਦਾ। ਵੱਡੀ ਆਏ ਤੋੜ ਭੰਨ ਦਾ ਅਤੇ ਲੁੱਟ ਖੋਹ ਦਾ ਮਾਮਲਾ ਆਇਆ ਵਾ, ਕੀ ਸੀ ਸਾਰਾ ਮਾਮਲਾ? ਲੱਖਣ ਕਲਾਂ ਤੋਂ ਇੱਕ ਫੋਨ ਆਇਆ ਸੀਗਾ ਵੀ ਗੱਡੀਆਂ ਦੀ ਭੰਨਤੋੜ ਕੀਤੀ ਗਈ ਆ, ਅਤੇ ਉਸਦੇ ਸੰਬੰਧ ਵਿੱਚ ਇੱਕ ਆਦਮੀ ਸਿਵਲ ਹਸਪਤਾਲ ਕਪੂਰਥਲਾ ਦਾਖਲ ਹੋਇਆ, ਜਿਹਦੀ MLR ਸਾਡੇ ਤੋਂ ਮਸੂਲ ਥਾਣਾ ਹੋਈ ਆ। ਉਹਦੀ MLR ਦੇ ਸੰਬੰਧ ਵਿੱਚ ਪਰਮਜੋਤ ਸਿੰਘ ਪੁੱਤਰ ਤੇਜਿੰਦਰਪਾਲ ਸਿੰਘ ਲੱਖਣ ਕਲਾਂ ਦਾ ਬਿਆਨ ਹਾਸਲ ਕੀਤਾ ਗਿਆ ਅਤੇ ਬਿਆਨ ਮੁਤਾਬਕ ਜਿਹੜੀ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੂੰ ਮਿਲੀ ਸ਼ਿਕਾਇਤਾਂ ਦੇ ਆਧਾਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਵਿੱਚ BBMB ਹਸਪਤਾਲ ਵਿੱਚ ਚੰਡੀਗੜ੍ਹ ਤੋਂ ਹਾਈ ਸਪੀਡ ਨੈਟਵਰਕ ਟੀਮ ਵੱਲੋਂ ਸੂਚਨਾ ਦੇ ਕੇ ਫਰਜ਼ੀ ਗ੍ਰਾਹਕ ਜ਼ਰੀਏ ਲਿੰਗ ਜਾਂਚ ਕਰਦੇ ਹੋਏ ਸਕੈਨਿੰਗ ਸੈਂਟਰ ਡਾਕਟਰ ਗੁਰਦੀਪ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਵਿਭਾਗ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਡਾਕਟਰ ਤਲਵਾੜਾ ਦੇ ਹਿਮਾਚਲ ਪ੍ਰਦੇਸ਼ ਦੇ ਲਾਣ ਲਗਾਏ ਇਲਾਕੇ ਵਿੱਚ ਲਿੰਗ ਜਾਂਚ ਕਰ ਗੈਰ ਕਾਨੂੰਨੀ ਕੰਮ ਕਰ ਰਿਹਾ, ਜਿਸ ਤੋਂ ਬਾਅਦ ਅੱਜ ਵਿਭਾਗ ਨੇ ਇੱਕ ਜਾਲੀ ਗ੍ਰਾਹਕ ਬਣਾ ਕੇ ਡਾਕਟਰ ਕੋਲ ਭੇਜਿਆ, ਜਿਸ ਤੋਂ ਬਾਅਦ 20,500 ਦਾ ਸੌਦਾ ਤੈਅ ਹੋਇਆ ਅਤੇ ਲਿੰਗ ਜਾਂਚ ਕਰਦੇ ਸਮੇਂ ਡਾਕਟਰ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਂ ਰਮੇਸ਼ ਦਾ ਡਾਇਰੈਕਟਰ ਸਪੀਡ ਨੈਟਵਰਕ ਚੰਡੀਗੜ੍ਹ। ਐਕਚੁਲੀ ਇਨਫੋਰਮੇਸ਼ਨ ਸੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਤਲਵਾੜਾ ਦੇ ਵਿਖੇ ਇੱਕ ਗਰੋਹ ਜਿਹੜਾ ਹੈਗਾ ਲਿੰਗ ਨਿਰਧਾਰਿਤ ਟੈਸਟ ਜਿਹੜਾ ਹੈਗਾ ਕਰਨਾ ਹੈ, ਜਿਹੜਾ ਕਿ ਹਿਮਾਚਲ ਸਕਰੀ ਹੈ। ਉਹ ਹੁਣ ਕੁਛ ਸਮੇਂ ਤੋਂ ਜਿਹੜਾ ਹੈ ਹੁਸ਼ਿਆਰਪੁਰ 'ਚ ਘੁੰਮ ਰਿਹਾ, ਜਿਹਦੇ ਸੰਬੰਧ 'ਚ ਮਾਨਯੋਗ ਜੋ ਸਾਡੇ ਸਿਵਲ ਸਰਜਨ ਹੁਸ਼ਿਆਰਪੁਰ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਸੀ। ਅਸੀਂ ਕੁਛ ਦਿਨ ਤੋਂ ਜਿਹੜੇ ਕਿ ਇਹਦੇ ਭਾਲ ਦੇ ਵੀ ਸੀਗੇ, ਅੱਜ ਅਸੀਂ ਪੂਰੀ ਟੀਮ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਤਲਵਾੜਾ 'ਚ ਪਹੁੰਚੇ, ਜਿੱਥੇ ਸਾਨੂੰ ਕੀ ਪਹਿਲਾਂ ਗਰੋਹ ਮੌਜੂਦ ਸੀ। ਅੱਜ ਇੱਕ ਅਸੀਂ ਫਰਜ਼ੀ ਗ੍ਰਾਹਕ ਬਣਾ ਕੇ ਵੀ ਭੇਜਿਆ ਸੀ, ਪਰ ਸਭ ਨਾਲੋਂ ਵੱਡੀ ਗੱਲ ਹੈ ਕਿ ਪਤਾ ਇਹ ਲੱਗਿਆ ਕਿ ਜਿਹੜਾ BBMB ਜਿਹੜਾ ਹੋਸਪਿਟਲ ਸਰਕਾਰੀ ਹੋਸਪਿਟਲ, ਜਿਹਦੇ ਅੰਦਰ ਜੋ ਡਾਕਟਰ ਗੁਰਦੀਪ ਸਿੰਘ ਜਿਹੜਾ ਕਿ ਸਰਕਾਰੀ ਡਾਕਟਰ ਹੈਗਾ, ਉਹੀ ਲਿੰਗ ਨਿਰਧਾਰਿਤ ਟੈਸਟ ਕਰਦਾ ਸੀ। ਅੱਜ ਉਸ ਤੋਂ ਇਲਾਵਾ 4 ਲੋਕ ਹੋਰ ਸੀਗੇ ਜਿਹੜੇ ਇਹਦੇ ਨਾਲ ਇੱਕ ਗਰੋਹ ਦੇ ਮੈਂਬਰ ਸੀ, ਅਤੇ ਅੱਜ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਮੌਕੇ 'ਤੇ ਫੜਿਆ, ਟਰੈਪ ਲਗਾ ਕੇ ਰਿਕਵਰੀ ਵਗੈਰਾ ਵੀ ਹੋ ਗਈ ਹੈ, 5 ਲੋਕਾਂ ਦੇ ਖਿਲਾਫ਼ ਮੁਕੱਦਮਾ ਵੀ ਦਰਜ ਕਰਾਇਆ ਗਿਆ ਅਤੇ 5 ਜਣੇ ਗ੍ਰੋਹ। ਸਾਨੂੰ ਪਤਾ ਲੱਗਿਆ ਸੀ ਜੀ ਕਿ ਇਸ ਏਰੀਆ ਦੇ ਵਿੱਚ ਗ੍ਰੋਹ ਜਿਹੜਾ ਹੈਗਾ ਉਹ ਸੈਕਸ ਡਿਸਕ੍ਰਿਮੀਨੇਸ਼ਨ ਕੇਸਿਸ ਨੂੰ ਲਿਆ ਕੇ ਕੰਮ ਕਰਵਾਉਂਦਾ ਹੈ। ਉਸ ਬਾਰੇ ਸਾਨੂੰ ਸੂਚਨਾ ਮਿਲੀ ਕਿ ਅੱਜ ਤਲਵਾੜਾ ਵਿੱਚ ਆਏ ਹੋਏ ਨੇ, ਅਤੇ ਇਸ ਕਰਕੇ ਜਦ ਅਸੀਂ ਮਤਲਬ ਕਿ ਆਏ ਤਾਂ ਉਹ ਗ੍ਰੋਹ ਦੇ ਚਾਰਜ ਮੈਨੂੰ ਵਿਅਕਤੀ ਸੀਗੇ ਅਤੇ ਜਿਹੜੇ ਸਾਰੇ ਮਿਲੇ ਉਹਨਾਂ ਤੋਂ, ਉਹਨਾਂ ਨੇ ਇੱਕ ਕੋਈ ਪੇਸ਼ੈਂਟ ਭੇਜਿਆ ਸੀਗਾ। ਸਟੇਟ ਡਿਟੈਕਟਿਵ ਏਜੰਸੀ ਜਿਹੜੀ ਸੀਗੀ ਸਾਡੇ ਨਾਲ ਸਟੇਟ ਤੋਂ ਆਏ ਹੋਏ ਨੇ, ਉਹਨਾਂ ਨੇ ਡਿਕੋਏ ਪੇਸ਼ੈਂਟ ਭੇਜਿਆ ਸੀਗਾ ਅਤੇ ਉਸ ਡਿਕੋਏ ਪੇਸ਼ੈਂਟ ਦੀ ਐਸਟੀ ਕੀਤੀ ਗਈ ਅਤੇ ਪੈਸੇ ਜਿਹੜੇ ਸੀ ਸਾਡੇ ਰਿਕਵਰ ਹੋ ਗਏ। ਕਿੰਨੇ ਲੋਕ ਇਸ ਰੈਕਡ ਵਿੱਚ ਪਕੜੇ ਗਏ ਨੇ, ਕੌਣ ਕੌਣ ਲੋਕ ਸੀ? 4 ਲੋਕ ਨੇ ਜਿਸ ਰੈਕਡ ਦੇ ਵਿੱਚ ਡਾਕਟਰ। ਅੱਜ ਚੰਡੀਗੜ੍ਹ ਤੋਂ ਹੈਲਥ ਡਿਪਾਰਟਮੈਂਟ ਵੱਲੋਂ ਸਟੇਟ ਲੈਵਲ ਦੀ ਟੀਮ ਜਿਹੜੀ ਹੈ ਉਹ BBMB ਹੋਸਪਿਟਲ ਦੇ ਵਿੱਚ ਆਈ ਸੀਗੀ, ਜਿਨ੍ਹਾਂ ਨੂੰ ਖੁਫੀਆ ਪਤਾ ਲੱਗਾ ਕਿ ਇੱਥੇ ਲਿੰਗ ਨਿਦਾਨ ਟੈਸਟ ਜਿਹੜਾ ਹੈ ਉਹ ਕੀਤਾ ਜਾਂਦਾ ਅਤੇ ਜਿਹਦੀ ਪੰਜਾਬ ਸਰਕਾਰ ਵੱਲੋਂ ਮਨਾਈ ਹੈ। ਉਹਦੇ ਸੰਬੰਧ ਵਿੱਚ ਇਹਨਾਂ ਨੇ 5 ਦੋਸ਼ੀਆਂ ਨੂੰ ਜਿਹੜਾ ਸਾਡੇ ਹਵਾਲੇ ਕੀਤਾ ਚੰਬੂ ਕਰਕੇ, ਅਤੇ ਉਹਨਾਂ ਦੇ ਖਿਲਾਫ਼ ਜਿਹੜਾ ਅਸੀਂ ਮੁਕੱਦਮਾ ਨੰਬਰ 26 ਮਿਤੀ 28/3/2019 ਅੰਡਰ ਸੈਕਸ਼ਨ 23 & 29 PNDT ਐਕਟ 1994 ਤਹਿਤ FIR ਜਿਹੜੀ ਹੈ ਦਰਜ ਕਰ। ਕੌਣ ਕੌਣ ਲੋਕ ਨੇ ਇਹਦੇ ਵਿੱਚ ਸ਼ਮੂਲੀਅਤ ਸੀ? ਇਹਦੇ ਵਿੱਚ ਨੇ ਡਾਕਟਰ ਗੁਰਦੀਪ ਸਿੰਘ MBBS ਨੇ ਜੋ ਕਿ BBMB ਹੋਸਪਿਟਲ ਦੇ ਵਿੱਚ ਨੌਕਰੀ ਕਰਦੇ, ਇੱਕ ਵੰਦਨਾ ਦੇਵੀ ਆ
वाइफ ऑफ अश्विनी कुमार पिंड रजवाल तरवाड़े की है। एक आशा देवी पत्नी विल्सन पिंड वधाइया डाकखाना टेकियाना तहसील दसूबा की रहने वाली है। एक डैनियल मसीह है पुत्र खजान मसीह वासी मस्तकोट पुलिस थाना कलानौर जिला गुरदासपुर। अबोहर के नवी आबादी गली नंबर 12 निवासी प्रवीण कुमार नरूला 40 साल के फाइनैंसर वालों तंग आके अपनी नस कटते उन्होंने आत्महत्या कर ली, तो उस तो बाद जहरीली दवाई पी ली, जिसके बाद पुलिस को सूचित किया गया। पुलिस ने आके मृतक की लाश को कब्जे में ले लिया, जांच पड़ताल शुरू कर दी। मृतक अपने पिछे विधवा पत्नी ते दो बच्चे एक मुंडा ते एक कुड़ी छड़ गए ने। मृतक के भरा ते उसके सहुरे ने दस्या कि प्रवीण कुमार ने अबोहर के दो फाइनैंसर बहुत ज़्यादा तंग करते सी ते उन्हां कोलों कुछ पैसा व्याज उत्ते लै रख्या सी, जिथे वह भारी रकम भर के खाली चैक नूं बैंक विच लगाउण दी धमकी दिंदे सी ते उसदे पूरी तनखाह हड़प लैंदे सी। ते जिन्हां वल्लों तंग आ के उसने अपने हथ की नस कट ली, तो उस तों बाद जहरीली दवाई पी के आत्महत्या करन लई मृतक दे परिजनां ने पुलिस वल्लों इस फाइनैंसरां उत्ते सख्त तों सख्त कार्रवाई करन दी मंग कीती है। उत्थे ही पुलिस प्रवीण कुमार दे घर हर कोने दी जांच कर रही है कि प्रवीण कुमार द्वारा लिखे सुसाइड नोट दे आधार उत्ते फाइनैंसरां उत्ते कार्रवाई करन विच लगी हुई है। इस मौके ते पुलिस सिटी थाणा दे एसएचओ ने दस्सिया कि उसनूं सूचना मिली सी कि प्रवीण कुमार ने अज आत्महत्या कीती है ते उह हुणे जांच कर रहे ने ते बाद ही तो जो भी कुछ सामने आएगा उसके हिसाब नाल कार्रवाई की जाएगी। मेरी बेटी जो है वह इतने अबोहर ब्याही हुई है 12 नंबर गली नवी आबादी, जो इनका पति अज स्वर्गवास हो गया है। उन्होंने तंग किया गया दो जने ने, एक सरदार बलविंदर सिंह है, सुरेंद्र मेडा उर्फ बेगम, दो जने ने लिता जड़े उनके को मेरी बेटी के दो बारी सोना भी खो के ले गए, उनकी तनखा भी खो ले जाते। मेरी बेटी दिन राती भुखी सुती रहती सी, लेकिन उन्हें कदे सानू कोई शिकायत नहीं की। असी अज पहुँचे तो सानू सारी वारदात का पता लग्या, तो साड़ा जवाई जड़ा सी स्वर्गवास हो चुका सी। इन्हां तों तंग आ गए, इन्हां ने इन्ना बेहद तंग किया, सारी दुनिया साथ देवे मेरे गरीब बच्चे, छोटे छोटे बच्चे, मेरे दोते दोती दो जने बहुत गरीब हैं, असी साड़ी इमदाद करो तो सानू इंसाफ दवाओ। ब्रदर जी मेरा प्रवीण नरूला एक्सपायर हो गया जी, उन्हें सुसाइड की है। कारण ये फाइनैंसर है जी बेगम ते बलजिंदर, बलजिंदर सरदार है। ये किसी को पैसे दिंदा, उनका पैसे लैन तो बाद चैक नहीं दिंदा, तो उन्हें चैक लाता बार बार के वड्डे वड्डे चैक लाता उन्हें। तो बेगम है इनका पूरा नाम है सुरेंद्र मिड्डा गली नंबर 13। ये भी गोल्ड गोल्ड के पैसे पूसे दिता फाइनैंसर, ये भी फाइनैंसर है। तो मेरे भरा बहुत तंग करते इन्हों की वजह, मेरे भरा ने सुसाइड कर ली। हाँ जी लिखा सी जी, असी इन्हों सज़ा दवाना चाहते हैं, साडा भरा तो वापस आ रहे, पर लोग बचन जे को फाइनैंस कराए तो बचन ना जी। मेरे भरा का ना प्रवीण नरूला गली नंबर 12 बड़िया बुड़िया। कानून के मुलाजम कानून दियां ही उड़ा रहे हैं धज्जियां। मामला मोगे के कोर्ट कंपलैक्स का है, जिथे कॉन्सटेबल छिंद्रपाल ड्यूटी दौरान नशे की हालत में पाया गया, जिसने खाकी वर्दी सवालों के घेरे में खड़ा कर दिया। नशे में उसकी हालत इन्नी ज़्यादा खराब थी कि उसनू अपनी बिल्कुल भी होश नहीं सी। डिगदा ते टैंदा पुलिस मुलाजम कुर्सी तो मुद्दे मुँह वज्जा, तो उस कोलों अपने आप उठा भी नहीं गया। दारू बदनाम करती ताम करती तानेना तेरे यहाँ दे कार पीने का शौक नहीं पीता हूँ गम भुलाने को। आज एक अजेही वीडियो तुहाडे नाल सांझी करन जा रहे हैं जो अग दे वांग वायरल हो रही है। एक अजिहे पुलिस मुलाजम की वीडियो जिसने खाकी नूं सवालां दे घेरे विच खड़ा करके शर्मसार कर दिता है। वीडियो मोगा दे एक पुलिस मुलाजम की है जो कि ड्यूटी दौरान टली सी, जिसनूं मोगा दे एक व्यक्ति वालों कैद किया गया। जी हाँ, कुर्सी तो डिगदे टहिंदे इस पुलिस मुलाजम की वीडियो मोगा दे कोर्ट कंपलैक्स की है। वीडियो दे विच तुसीं वेख सकदे हो कि शराब ने इस पुलिस मुलाजम का की हाल कर दिता है, जिस तो डिगन तो बाद उठा भी नहीं जा रहा। जे जदों मुद्दे मूँह पुलिस मुलाजम डिग गया तो वह कुर्सी का सहारा लैके खड़ा हो गया, तो जदों उन्होंने साथियों को पता लगा तो उस विचों एक साथी उस पुलिस मुलाजम नूं उत्थों लैके चला जाता है, जो कि अपने आप विच एक बहुत ही पुलिस मुलाजम वालों अजिहा कारा किए जाने से एक शर्म वाली गल है। पुलिस वालों मामले की बनती कार्रवाई से भरोसा दिता गया। हुण वेखना यह है
कि एक पुलिस मुलाजम की पुलिस वालों कितनी छेती कार्रवाई की जाती है। तुहाडी इस वीडियो ते की राय है साडे कमेंट बॉक्स विच जरूर लिखो। नाम करती नाम करती तानैना तेरे यहां दे कार का शौक नहीं पीता हूं गम भुलाने को। लोकसभा चोणां दे मद्देनजर फतेहगढ़ साहब पुलिस ने अज शहर दे वख-वख हिस्सियां विच डीएसपी रमिंदर सिंह कालों दी अगवाई हेठ फ्लैग मार्च कढ़िया ते वख-वख थावां ते नाकेबंदी कर वाहनां दी चैकिंग की गई। इस मौके ते थाणा फतेहगढ़ साहब दे एसएचओ विनोद कुमार, पुलिस चौकी दे सरहंते इंचार्ज गुरप्रीत सिंह, लीडर भुपिंदर सिंह, सहायक थानेदार बलवीर सिंह, सहायक थानेदार बुट, सहायक थानेदार बलजीत सिंह गरेवाल ते होर हाजिर सन। इस मौके ते सरहंद मंडी, हयामपुर रेलवे रोड, ब्राह्मणा माजरा पट्टी रोड, सरहंद शहर ते फतेहगढ़ साहब दे फ्लैग मार्च कढ़िया गया। इसे तरह जीटी रोड ते सीआईए स्टाफ सरहंद अगे राजेंद्रगढ़ विखे सरहंद पासो लिंक रोड ते मारसी विखे पुलिस चौकी सरहंद मंडी वालों चार नंबर चौंकी ते पटियाला रोड जखवाली विखे थाणा फतेहगढ़ साहब विखे सरहंद विखे ते मोरिंडा विखे नाकाबंदी कर सारे वाहनों की चैकिंग की गई। उन्होंने कहा कि लोकसभा चोणों के मद्देनज़र चैकिंग तेज़ की गई है, इसलिए अज बाजारों में बस स्टैंड के रेलवे स्टेशन की चैकिंग की गई। जिस मौके थाना मुखी रजनीश सूद ने कहा कि रात को पुलिस की जी गश्त है वधा दी गई है, तो किसी व्यक्ति को कानून की उलंघना नहीं कर दी जाएगी। जे कोई भी कानून की उलंघना करेगा तो उस खिलाफ सख्त कानूनी कार्रवाई होगी। उन्होंने कहा कि फतेहगढ़ साहब में दाखिल होने वाले सारे वाहनों की चैकिंग की जा रही है। इस तरह जो लोग ਘਰਾਂ ਵਿੱਚ ਕਿਰਾਏਦਾਰ ਰੱਖਦੇ ਨੇ ਉਹਨਾਂ ਕਿਰਾਏਦਾਰਾਂ ਦਾ ਵੀ ਪੂਰਾ ਜਿਹੜਾ ਵੇਰਵਾ ਹੈ ਉਹ ਸੰਬੰਧਿਤ ਪੁਲਿਸ ਥਾਣੇ ਵਿੱਚ ਦੇਣ, ਨਹੀਂ ਤਾਂ ਮਕਾਨ ਖਾਲੀ ਕਰਵਾਉਣ ਅਤੇ ਮਾਲਕਾਂ ਖਿਲਾਫ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਪੀ ਜੀ ਵਾਲੇ, ਦੁਕਾਨਦਾਰਾਂ ਵਾਲੇ ਜਾਂ ਘਰਾਂ ਵਿੱਚ ਰੱਖਣ ਵਾਲੇ ਨੌਕਰਾਂ ਦਾ ਪੂਰਾ ਵੇਰਵਾ ਪੁਲਿਸ ਥਾਣੇ ਵਿੱਚ ਦਿੱਤਾ ਜਾਵੇ। ਉਹ ਜਿਹੜੇ ਡੀ ਜੀ ਪੀ ਸਾਹਿਬ ਪੰਜਾਬ, ਉਹਨਾਂ ਵੱਲੋਂ ਜਿਹੜਾ ਸਾਨੂੰ ਟਾਈਮ ਟੂ ਟਾਈਮ ਜਿਹੜੇ ਦਿਸ਼ਾ ਨਿਰਦੇਸ਼ ਮਿਲਦੇ ਨੇ ਉਹਨਾਂ ਦੀ ਕੰਪਲਾਈਂਸ ਦੇ ਵਿੱਚ, ਪਲੱਸ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਪੰਜਾਬ ਦੇ ਵਿੱਚ ਹੀ ਨਾਕੇਬੰਦੀ ਸਪੈਸ਼ਲ ਕਰਾ ਰਹੇ ਹਾਂ। ਅਤੇ ਸਾਡਾ ਜਿਹੜਾ ਮੇਨ ਮੋਟਿਵ ਹੈ ਐਨ ਡੀ ਸੈਕਸ਼ਨ ਜਾਂ ਕੋਈ ਵੀ ਇਲੀਗਲ ਐਕਟੀਵਿਟੀਜ਼ ਉਹਨਾਂ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਇਹ ਚੈਕਿੰਗ ਕਰਵਾ ਰਹੇ ਹਾਂ। ਅਤੇ ਕਿੱਥੇ ਕਿੱਥੇ ਨਾਕੇ ਲਗਾਏ ਗਏ ਆਪਣੇ ਅੱਜ? ਇੱਕ ਨਾਕਾ ਜੀ ਅਸੀਂ ਇਸ ਵੇਲੇ ਮੇਨ ਜੀ ਡੀ ਰੋਡ ਦੇ ਉੱਤੇ ਕੰਮ ਕਰ ਰਹੇ ਹਾਂ ਅਤੇ ਸੈਕਿੰਡ ਨਾਕਾ ਸਾਡਾ ਜਿਹੜਾ ਲਿੰਕ ਰੋਡ ਦੇ ਉੱਤੇ ਭਮਾਰਸੀ ਰੋਡ ਸਾਡੀ ਪੈਂਦੀ ਹੈ ਉੱਥੇ ਲਾਇਆ ਹੋਇਆ। ਜ਼ਿਲ੍ਹਾ ਸੰਗਰੂਰ ਪੁਲਿਸ ਵਿੱਚ ਵਾਹਨ ਚੋਰੀ ਅਤੇ ਪੈਟਰੋਲ ਪੰਪ ਲੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਨੇ, ਜਦਕਿ ਉਹਨਾਂ ਦਾ ਇੱਕ ਸਾਥੀ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਵਿੱਚ ਜੁਟੀ ਹੈ। ਸੰਗਰੂਰ ਦੇ DSP ਸਤਪਾਲ ਸ਼ਰਮਾ ਨੇ ਦੱਸਿਆ ਕਿ ਦੋ ਲੁਟੇਰਿਆਂ ਅਤੇ ਮੋਟਰਸਾਈਕਲਾਂ ਤੋਂ ਹਥਿਆਰ ਬਰਾਮਦ ਹੋਏ ਨੇ ਅਤੇ ਤੀਸਰਾ ਆਰੋਪੀ ਅਜੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਜੀ ਮਿਤੀ 25/3/18 ਨੂੰ ਸਵੇਰੇ ਕਰੀਬ 4 AM 'ਤੇ ਸਾਡੇ ਜਿਹੜੇ ਬੰਗਾਂ ਵਾਲੀ ਰੋਡ 'ਤੇ ਪੈਟਰੋਲ ਪੰਪ ਆ ਉੱਥੇ ਖੋਹ ਹੋਈ ਸੀਗੀ। ਇੱਕ ਰਿੰਦੇ ਦੇ ਤਲਵਾਰ ਨਾਲ ਸੱਟ ਮਾਰ ਕੇ ਕਰੀਬ 20,000 ਰੁਪਈਆ ਖੋਹ ਕੇ ਲੈ ਗਏ ਸੀ। 3 ਵਿਅਕਤੀ ਸੀਗੇ, ਮੋਟਰਸਾਈਕਲ 'ਤੇ ਸਵਾਰ ਸੀ, 2 ਇਹਨਾਂ ਕੋਲ ਤਲਵਾਰਾਂ ਸੀਗੀਆਂ। ਅਤੇ ਜਿਹੜੀ ਉਸ ਸੰਬੰਧ ਦੇ ਵਿੱਚ ਸਾਡੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਸਾਡੇ SHO ਮੁੱਖ ਅਫਸਰ ਸਦਰ ਸੰਗਰੂਰ ਨੇ ਇਹਨਾਂ ਨੂੰ ਕੱਲ੍ਹ ਜਿਹੜਾ ਆ ਸੋਹਣ ਲਾਲ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ 2 ਵਿਅਕਤੀ ਉਹਨਾਂ 'ਚੋਂ ਅਸੀਂ ਕਰ ਲਏ ਸੀਗੇ। ਜਿਹੜੇ ਇਹਨਾਂ ਦੇ ਵਿੱਚੋਂ ਇੱਕ ਸੁਖਪ੍ਰੀਤ ਸਿੰਘ ਜਿਹੜੇ ਸੁੱਖੀ ਅਤੇ ਦੂਸਰਾ ਸੀਗਾ ਮਨਦੀਪ ਸਿੰਘ ਉਰਫ ਬਰਨਾਲੇ ਦੇ ਰਹਿਣ ਵਾਲੇ ਸੀਗੇ। ਇਹਨਾਂ ਤੋਂ ਜਿਹੜਾ ਮੋਟਰਸਾਈਕਲ ਸੀਗਾ ਉਹ ਰਿਕਵਰ ਕਰ ਲਿਆ, ਤਲਵਾਰ ਰਿਕਵਰ ਕਰ ਲਈ ਆ। ਜਦੋਂ ਹੁਣ ਪੁੱਛਗਿੱਛ 'ਚ ਸਾਹਮਣੇ ਆਈ ਵੀ ਇਹ ਮੋਟਰਸਾਈਕਲ ਇਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਰੀ ਕਰਿਆ ਹੋਇਆ ਸੀਗਾ, ਅਤੇ ਉਸੇ ਦਿਨ ਹੀ ਇਹਨਾਂ ਨੇ 25/3 ਨੂੰ ਹੀ 4:30 ਵਾਰਦਾਤ ਕਰਨ ਤੋਂ ਪਹਿਲਾਂ ਕਰੀਬ 1:30 ਰੱਖੜਾ ਜ਼ਿਲ੍ਹਾ ਪਟਿਆਲੇ 'ਚ ਪੈਟਰੋਲ ਪੰਪ 'ਤੇ ਵੀ ਕਰੀਬ 5,000 ਰੁਪਈਆ ਖੋਇਆ ਸੀ ਅਤੇ ਸ਼ੀਸ਼ੇ ਵਗੈਰਾ ਭੰਨੇ ਸੀਗੇ। ਅਤੇ ਅੱਗੇ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਇਹਨਾਂ 'ਚੋਂ ਕਰੀਬ 28-30 ਸਾਲ ਦੇ ਇਹ ਦੋਨੋਂ ਹੈਗੇ ਆ। ਇਹਨਾਂ ਨੇ ਇੱਕ ਤੀਜਾ ਹੋਰ ਸੀਗਾ, ਘੱਟ ਹੀ ਪੜ੍ਹੇ ਲਿਖੇ ਆ, ਥੋੜ੍ਹੇ ਹੀ ਪੜ੍ਹੇ ਲਿਖੇ ਆ, 5-5, 7-7 ਕਲਾਸ। ਅਜੇ ਤੱਕ ਇਹ ਗੱਲ ਨਹੀਂ, ਕਿਉਂਕਿ ਹੁਣ ਅਸੀਂ 3 ਦਿਨ ਦਾ ਰਿਮਾਂਡ ਲਿਆ, ਹੁਣ ਡਿਟੇਲ ਦੇ ਵਿੱਚ ਇਹਨਾਂ ਤੋਂ ਪਤਾ ਕਰਾਂਗੇ। SSP ਪਟਿਆਲਾ ਦੇ ਹੁਕਮਾਂ ਤਹਿਤ DSP ਪਾਤੜਾਂ ਦੇ ਦਿਸ਼ਾ ਨਿਰਦੇਸ਼ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਅੰਤਰਰਾਜੀ ਨਾਕਾਬੰਦੀ ਦੌਰਾਨ ਅੱਜ ਪਾਤੜਾਂ ਪੁਲਿਸ ਨੂੰ ਅਫੀਮ ਦੇ ਤਸਕਰ ਨੂੰ 2 ਕਿਲੋ ਅਫੀਮ ਸਮੇਤ ਦੋਸ਼ੀ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਾਨਕ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਟਾਪੀ ਗੁਜਰਾਂ ਪਾਸ ਮੌਜੂਦ ਸੀ। ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਦੋਸ਼ੀ ਹਰਿਆਣਾ ਤੋਂ ਬੱਸ ਤੋਂ ਫੀਮ ਦੀ ਸਪਲਾਈ ਕਰਨ ਲਈ PRTC ਬੱਸ ਵਿੱਚ ਜਾ ਰਿਹਾ ਸੀ, ਜਿੱਥੇ ਪੁਲਿਸ ਵੱਲੋਂ ਲਗਾਏ ਗਏ ਨਾਕੇ 'ਤੇ ਪਹਿਲਾਂ ਦੋਸ਼ੀ ਬੱਸ ਵਿੱਚ ਉਤਰ ਗਿਆ ਅਤੇ ਜਿਸ ਦੀ ਸੂਚਨਾ
नानक सिंह नूं मिली ते मौजूदा जगह पा के दोषी नूं काबू कर लिया गया। तलाशी लैण तों उपरंत दोषी दे बैग विचों 2 किलो अफीम बरामद हुई ते पुछगिछ दौरान दोषी ने अपना नाम समुंदर सिंह पुत्र भैरों सिंह चौहान वासी तुंबड़ियां राजस्थान दस्सिया ते पुलिस ने दोषी खिलाफ 1865 NDPS एक्ट तहत मुकदमा दर्ज कर अगली कार्रवाई शुरू कर दी है। ਸਾਡਾ ਜੋ ਢਾਬੀ ਮੁੰਦਰਾਂ ਇੰਟਰਨੈਟ ਨਾਕਾ ਚੱਲ ਰਿਹਾ ਪਾਤਨਾ ਪੁਲਿਸ ਦਾ, ਅੱਜ ਸਵੇਰੇ ਉੱਥੇ ਸਲਾਹ ਮਿਲੀ ਵੀ ਇੱਕ ਬੰਦਾ ਸਮੁੰਦਰ ਸਿੰਘ ਜਿਸਦਾ ਨਾਂ ਹੈਗਾ, ਇਹ ਤੁੰਬੜੀਆ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਦਾ ਹੈਗਾ, ਇਹ ਇੱਥੇ ਫੀਮ ਲੈ ਕੇ ਆਇਆ ਸੀ। ਇਸ ਨੂੰ ਜੋ ਕਾਬੂ ਕੀਤਾ ਚੈੱਕ ਕੀਤਾ ਤਾਂ 2 ਕਿਲੋ ਫੀਮ ਇੱਥੋਂ ਮਿਲੀ ਸਾਨੂੰ। ਇਹ ਕੰਸਾਈਨਮੈਂਟ ਲੈ ਕੇ ਖਨੌਰੀ ਜਾ ਰਿਹਾ ਸੀਗਾ ਜਿਸ 'ਤੇ ਜਿੱਥੇ ਇਸਨੇ ਅੱਗੇ ਕਿਸੇ ਨੂੰ ਮਿਲਣਾ ਸੀ। ਚਿਤੌੜਗੜ੍ਹ ਤੋਂ ਲੈ ਕੇ ਅੱਗੇ ਖਨੌਰੀ ਇਹਨੇ ਦੇਣੀ ਸੀ, ਪਿੱਛੋਂ ਕਿਹਦਾ ਸਮਾਨ ਹੈ ਜਾਂ ਅੱਗੇ ਕਿਹਨੂੰ ਦੇਣੀ ਹੈ ਉਹਦੀ ਹਾਲੇ ਤਫਤੀਸ਼ ਚੱਲ ਰਹੀ। ਕਿਵੇਂ ਗੱਡੀ 'ਚ ਫੜਿਆ ਗਿਆ ਜਾਂ ਕਾਹਦੇ 'ਚ ਫੜਿਆ ਗਿਆ ਜੀ? ਇਹ ਸਾਨੂੰ ਪਿੱਛੋਂ ਬੱਸ 'ਤੇ ਆ ਰਿਹਾ ਸੀ ਜੀ, ਨਾਕਾ ਵੇਖ ਕੇ ਇਹ ਪਤਾ ਹੀ ਹੈ ਵੀ ਨਾਕਾ ਲੱਗਿਆ ਹੈਗਾ, ਪਿੱਛੇ ਉੱਤਰ ਗਿਆ ਸੀ, ਫਿਰ ਸਾਨੂੰ ਇਨਫੋਰਮੇਸ਼ਨ ਮਿਲੀ ਇੰਨੇ 'ਚ ਫਿਰ ਇਹਨੂੰ ਅਸੀਂ ਕਾਬੂ ਕੀਤਾ। ਇਕੱਲਾ ਹੀ ਸੀ ਜੀ? ਇਕੱਲਾ ਹੀ ਹੁੰਦਾ ਸਰ। ਕਿੰਨੇ ਕਿਲੋ ਫੀਮ ਫੜੀ ਗਈ ਹੈ? 2 ਕਿਲੋ। ਸਰ, ਜਿਵੇਂ ਕਿ ਅੱਜ ਕੱਲ੍ਹ ਬਾਰਡਰ ਦੇ ਏਰੀਏ ਦੇ ਵਿੱਚ ਕਾਫੀ ਕੁਛ ਦਿਨ ਪਹਿਲਾਂ ਚਾਂਦੀ ਫੜੀ ਗਈ ਸੀ ਔਰ ਅੱਜ ਫੀਮ ਫੜੀ ਗਈ ਹੈ, ਤਾਂ ਹੋਰ ਆਪਣੀ ਜਿਹੜੀ ਪੰਜਾਬ ਪੁਲਿਸ ਹੈ ਜਿਵੇਂ ਕਿ ਹੋਰ ਪਾਸੇ ਨਾਕੇ ਵਿੱਚ ਚਰਾਲਾ ਖੜਕਾ ਹੋ ਗਿਆ, ਤਾਂ ਉਹਨਾਂ ਵਾਸਤੇ ਬੰਦੋਬਸਤ ਕੀਤੇ ਹਨ ਪੁਲਿਸ? ਹਾਂਜੀ, ਸਾਡੇ ਮੇਰੀ ਸਬ ਡਿਵੀਜ਼ਨ 6 ਇੰਟਰਸਟੇਟ ਨਾਕੇ ਲੱਗੇ ਨੇ ਜੀ। ਉਸ ਤੋਂ ਇਲਾਵਾ ਸਰਪ੍ਰਾਈਜ਼ ਨਾਕਾਬੰਦੀ ਵੀ ਕੀਤੀ ਜਾਂਦੀ ਹੈ, ਟਾਈਮ ਟੂ ਟਾਈਮ ਚੈਕਿੰਗ ਵੀ ਅਸੀਂ ਰੈਂਡਮਲੀ ਕਰੀਦੀ। ਹੁਣ ਜਾਂਦੇ ਜਾਂਦੇ ਇੱਕ ਨਜ਼ਰ ਹੈਡਲਾਈਨਸ 'ਤੇ। ਪ੍ਰੇਮ ਸੰਬੰਧਾਂ ਵਿੱਚ ਰੋੜਾ ਬਣੇ ਪਤੀ ਨੂੰ ਆਪਣੇ ਆਸ਼ਕ ਨਾਲ ਮਿਲ ਕੇ ਪਤਨੀ ਵੱਲੋਂ ਉਤਾਰਿਆ ਗਿਆ ਮੌਤ ਦੇ ਘਾਟ, ਪਤਨੀ ਦੀ ਉਸਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਪਠਾਨਕੋਟ ਵਿੱਚ ਹੋਈ ਪਾਣੀ ਦੀ ਸਮੱਸਿਆ ਸ਼ੁਰੂ, ਟਿਊਬਵੈੱਲ ਖਰਾਬ ਹੋਣ ਕਾਰਨ ਲੋਕ ਹੋਏ ਪਰੇਸ਼ਾਨ। ਕਰਜ਼ੇ ਤੋਂ ਤੰਗ ਆ ਕੇ ਹੁਸ਼ਿਆਰਪੁਰ ਦੇ ਕਿਸਾਨ ਵੱਲੋਂ ਕੀਤੀ ਗਈ ਆਤਮ ਹੱਤਿਆ, ਮ੍ਰਿਤਕ ਦੇ ਪਰਿਵਾਰ ਦੀ ਹਾਲਤ ਤਰਸਿਓ। ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੇ DC ਦਫ਼ਤਰ ਤੇ ਬਾਹਰ ਬੋਲਿਆ ਧਾਵਾ, ਕਿਹਾ ਸਰਕਾਰ ਜਾਂ ਤਾਂ ਮਸਲੇ ਦੇ ਹੱਲ ਕਰੇ ਜਾਂ ਜੇਲ੍ਹ ਜਾਣ ਵਾਲੇ ਯੋਧਿਆਂ ਨੂੰ ਕਰੇ ਗ੍ਰਿਫ਼ਤਾਰ। ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਕੀਤੀ ਗਈ ਨੌਜਵਾਨ ਵੱਲੋਂ ਖੁਦਕੁਸ਼ੀ, ਖਨੌਰੀ ਨੇੜੇ ਨਹਿਰ ਵਿੱਚ ਮਿਲੀ ਲਾਸ਼। ਪੰਚਾਇਤੀ ਚੋਣਾਵਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਡ ਵਾਲਿਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ, ਕੱਲ ਪਰਮਜੀਤ ਦੇ ਬਿਆਨ ਲੈ ਕੇ ਪੁਲਿਸ ਵੱਲੋਂ ਕੀਤੀ ਗਈ ਅਗਲੀ ਕਾਰਵਾਈ ਸ਼ੁਰੂ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਸਕੈਨਿੰਗ ਸੈਂਟਰ ਵਿੱਚ ਲਿੰਗ ਜਾਂਚ ਕਰਦਾ ਡਾਕਟਰ ਰੰਗੇ ਹੱਥੀਂ ਕੀਤਾ ਗਿਆ ਗ੍ਰਿਫ਼ਤਾਰ, ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਅਬਹੌਰ ਦੇ ਪ੍ਰਵੀਨ ਕੁਮਾਰ ਵੱਲੋਂ ਫਾਈਨਾਂਸਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਸ਼ੁਰੂ। ਪੁਲਿਸ ਮੁਲਾਜ਼ਮ ਉਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ, ਡਿਊਟੀ ਦੌਰਾਨ ਪਾਇਆ ਗਿਆ ਪੁਲਿਸ ਕਾਂਸਟੇਬਲ ਸ਼ਰਾਬ ਵਿੱਚ ਟੱਲੀ। ਲੋਕ ਸਭਾ ਮੱਦੇਨਜ਼ਰ ਫਤਿਹਗੜ੍ਹ ਪੁਲਿਸ ਵੱਲੋਂ ਕੀਤੀ ਗਈ ਚੈਕਿੰਗ, ਕਿਹਾ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ। ਜ਼ਿਲ੍ਹਾ ਸੰਗਰੂਰ ਪੁਲਿਸ ਨੇ ਵਾਹਨ ਚੋਰੀ ਤੇ ਪੈਟਰੋਲ ਪੰਪ ਦੀ ਲੁੱਟ ਕਰਨ ਵਾਲੇ 2 ਵਿਅਕਤੀਆਂ ਨੂੰ ਕੀਤਾ ਕਾਬੂ, ਚੋਰੀ ਦੀ ਇੱਕ ਮੋਟਰਸਾਈਕਲ ਤੇ ਤੇਜ਼ ਧਾਰ ਹਥਿਆਰ ਕੀਤੇ ਬਰਾਮਦ। ਦੋ ਕਿਲੋ ਫੀਮ ਸਮੇਤ ਦੋਸ਼ੀ ਗ੍ਰਿਫ਼ਤਾਰ, ਦੋਸ਼ੀ ਖਿਲਾਫ਼ 1865 NDPS ਧਾਰਾ ਤਹਿਤ ਮੁਕੱਦਮਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।